ਹਾਲੇਲੂਯਾ ਸਰ ਭੈਣ ਭੈਣ ਜੈਮ ਸਿੰਘ ਦੀ ਰੱਬ ਦੇ ਦਾਸਾਂ ਜੈਮ ਸਿੰਘ ਦੀ ਸਿਸਟਰ ਦਾ ਨਾਮ ਪਰਵੀਨ ਪਿੰਡ ਨਾਗ ਕਲਾਂ ਇਹਨਾਂ ਦੇ ਜੀਵਨ ਦੀ ਗਵਾਹੀ 2-3 ਮਹੀਨੇ ਪਹਿਲਾਂ ਦੀ ਗੱਲ ਹੈ ਕਿ ਚਰਚ ਤੋਂ 2-3 ਮਹੀਨੇ ਪਿੱਛੇ ਹਟ ਗਏ 3 ਮਹੀਨੇ ਲਗਾਤਾਰ ਔਰ ਚਰਚ ਨਾ ਆਉਣ ਦੇ ਕਾਰਨ ਜੋ ਪਹਿਲਾਂ ਇਹਨਾਂ ਦੇ ਜੀਵਨ 'ਚ ਪ੍ਰੋਬਲਮਾਂ ਸੀ ਦੁਬਾਰਾ ਉਹਨਾਂ ਪ੍ਰੋਬਲਮਾਂ ਨੇ ਇਹਨਾਂ ਨੂੰ ਫਿਰ ਬਿਮਾਰੀਆਂ ਨੇ ਇਹਨਾਂ ਨੂੰ ਜਕੜ ਲਿਆ ਇਹਨਾਂ ਦਾ ਬੀਪੀ ਜਿਹੜਾ ਘੱਟਦਾ ਬਹੁਤ ਜ਼ਿਆਦਾ ਘੱਟਦਾ ਸੀ ਦਵਾਈ ਲੈਣ ਦੇ ਬਾਵਜੂਦ ਵੀ ਕਦੇ ਬੀਪੀ ਕੰਟਰੋਲ ਨਹੀਂ ਸੀ ਹੁੰਦਾ ਸਿਰ ਦਰਦ ਹਮੇਸ਼ਾ ਰਹਿੰਦਾ 2 ਮਹੀਨੇ ਪਹਿਲਾਂ ਫਿਰ ਸਿਸਟਰ ਚਰਚ ਆਏ ਪਰਮੇਸ਼ਵਰ ਦੇ ਦਾਸਾਂ ਕੋਲੋਂ ਲੇ ਹੈਂਡ ਪ੍ਰਾਰਥਨਾ ਕਰਵਾਈ ਉਸ ਲੇ ਹੈਂਡ ਤੋਂ ਬਾਅਦ ਪਰਮੇਸ਼ਵਰ ਨੇ ਇਹਨਾਂ ਦਾਸਾਂ ਦੇ ਦੁਆਰਾ ਉਸ ਲੇ ਹੈਂਡ ਪ੍ਰੇਅਰ ਦੇ ਦੁਆਰਾ ਇਹਨਾਂ ਨੂੰ ਬੀਪੀ ਦੀ ਪ੍ਰੋਬਲਮ ਤੋਂ ਆਜ਼ਾਦ ਕੀਤਾ ਔਰ ਸਿਰ ਦੀ ਦਰਦ ਤੋਂ ਆਜ਼ਾਦ ਕੀਤਾ ਇਸ ਵੱਡੀ ਹੀਲਿੰਗ ਲਈ ਆਪਣੇ 2 ਮਹੀਨੇ ਹੋ ਚੁੱਕੇ ਹਨ ਬਿਲਕੁਲ ਆਜ਼ਾਦ ਹਨ ਦੁਬਾਰਾ ਬਿਮਾਰੀ ਇਹਨਾਂ ਦੇ ਜੀਵਨ 'ਚ ਨਹੀਂ ਆਈ ਇਸ ਵੱਡੀ ਕਿਰਪਾ ਲਈ ਇਸ ਵੱਡੀ ਹੀਲਿੰਗ ਲਈ ਆਪਣੇ ਦਾਸਾਂ ਦਾ ਆਪਣੇ ਪਰਮੇਸ਼ਵਰ ਦਾ ਦਿਲ ਤੋਂ ਥੈਂਕਸ ਕਰਦੇ ਹਾਂ ਸਭ ਭੈਣ ਭਾਈ ਜੋ ਦਾ ਤਾਰੀਫ ਕਰਾਂਗੇ ਆਮੀਨ ਔਰ ਦੂਸਰੀ ਗਵਾਹੀ ਇਹਨਾਂ ਦੇ ਜੀਵਨ ਦੀ ਇਹ ਆ ਕਿ ਇਹ 1 ਮਹੀਨਾ ਜਦੇ ਫਿਰ ਚਰਚ ਤੋਂ ਪਿੱਛੇ ਹਟੇ ਇਹਨਾਂ ਦੀਆਂ 3 ਬੇਟੀਆਂ ਔਰ ਇਹ ਦੋਨੇ ਛੋਟੀ ਬੱਚੀ ਔਰ ਇਹ ਦੋਨੇ 4 ਹਫ਼ਤੇ ਲਗਾਤਾਰ ਇਕੱਲੇ ਆਏ ਔਰ ਇੱਕ ਦਿਨ ਪਰਮੇਸ਼ਵਰ ਦੇ ਦਾਸ ਵਰਸ਼ਿਪ ਦੇ ਦੌਰਾਨ ਘੋਸ਼ਣਾ ਕਰ ਰਿਹਾ ਸੀ ਕਿ ਆਤਮਾ ਵਿੱਚ ਸ਼ੂਆ ਜਿਨ੍ਹਾਂ ਨੂੰ ਸੁਣਾ ਚਾਹੁੰਦੇ ਇਹਨਾਂ ਦੀਆਂ ਬੇਟੀਆਂ ਛੋਟੀਆਂ ਸੀ ਪਰ ਦੂਜੀ ਚਰਚ ਜਾਂਦੀਆਂ ਸੀ ਇਹਨਾਂ ਦਾ ਮਨ ਸੀ ਕਿ ਅਸੀਂ 4 ਮੈਂਬਰ ਇੱਕੋ ਚਰਚ ਵਿੱਚ ਜਾਈਏ ਇਹਨਾਂ ਆਤਮਾ ਵਿੱਚ ਆਪਣੀਆਂ ਬੇਟੀਆਂ ਨੂੰ ਛੂਇਆ ਔਰ ਪ੍ਰਭੂ ਦੀ ਮਹਾਨ ਕਿਰਪਾ ਹੀ ਜਦ ਇਹਨਾਂ ਆਤਮਾ 'ਚ ਛੂਇਆ ਪਿਛਲੇ ਸੰਡੇ ਇਹਨਾਂ ਦੀ ਵੱਡੀ ਬੇਟੀ ਇਹਨਾਂ ਦੇ ਨਾਲ ਆਈ ਅੱਜ 3 ਬੇਟੀਆਂ ਇਹਨਾਂ ਦੀਆਂ ਵੱਡੀਆਂ ਵੱਡੀ ਛੋਟੀ ਇਹਨਾਂ ਦੇ ਨਾਲ ਆਈਆਂ ਇਸੇ ਕਿਰਪਾ ਲਈ ਆਪਣੇ ਦਾਸਾਂ ਦਾ ਆਪਣੇ ਪਰਮੇਸ਼ਵਰ ਦਾ ਦਿਲ ਤੋਂ ਥੈਂਕਸ ਕਰਦੇ ਹਾਂ ਸਭ ਭੈਣ ਭਾਈ ਜੋ ਦਾ ਤਾਰੀਫ ਕਰਾਂਗੇ ਆਮੀਨ ਹਾਲੇਲੂਯਾ ਕਿੰਨੇ ਲੋਕਾਂ ਨੂੰ ਗਵਾਹੀ ਦੀ ਸਮਝ ਲੱਗੀ ਹੈ ਗਵਾਹੀ ਦੀ ਸਮਝ ਲੱਗੀ ਕਿ ਇਹਨੂੰ ਗਵਾਹੀ ਦੀ ਸਮਝ ਲੱਗੀ ਗਵਾਹੀ ਦੀ ਕਿਸੇ ਨੂੰ ਸਮਝ ਨਹੀਂ ਲੱਗੀ ਗਵਾਹੀ ਕੀ ਸੀ ਇਹ ਭੈਣ ਦੀ ਕਿਸੇ ਨੂੰ ਪਤਾ ਲੱਗਾ ਤਾਲੀਆਂ ਕਾਹਦੀਆਂ ਲਈ ਮਾਰਦੇ ਇਹਦੀ ਗਵਾਹੀ ਇਹ ਪ੍ਰਭੂ ਨੂੰ ਛੱਡ ਕੇ ਚਲੀ ਗਈ ਸੀ ਕਿੰਨੇ ਲੋਕਾਂ ਨੂੰ ਸਮਝ ਆਈ ਆ ਇਹੋ ਟੈਸਟੀਮਨੀ ਸੀ ਤਾਂ ਬਾਈਬਲ ਦੇ ਵਿੱਚ ਲਿਖਿਆ ਪ੍ਰਭੂ ਨੂੰ ਮੰਨਣ ਦੀਆਂ ਬਰਕਤਾਂ ਤੇ ਬੇਮੁੱਖ ਹੁੰਦੇ ਕੀ ਹੈ ਹੁਣ ਕਿੰਨੇ ਲੋਕਾਂ ਨੂੰ ਸਮਝ ਆਈ ਜਿਹੜੀ ਮਰਜ਼ੀ ਚਰਚ ਚੱਲ ਦੋ ਜਦ ਤੱਕ ਬਾਈਬਲ ਨੂੰ ਫੋਲੋ ਨਹੀਂ ਕਰੋਗੇ ਪੂਰੀ ਜ਼ਿੰਦਗੀ ਭੰਗੜੇ ਹੀ ਪੈਣਗੇ ਹੋਰ ਕੁਛ ਨਹੀਂ ਖੁਦਾ ਕੁਛ ਨਹੀਂ ਕਰੇਗਾ ਬਾਈਬਲ 'ਚ ਲਿਖਿਆ ਪ੍ਰਭੂ ਬਲੀਆਂ ਦੇ ਨਾਲ ਖੁਸ਼ ਨਹੀਂ ਹੁੰਦਾ ਪ੍ਰਭੂ ਸੈਕਰੀਫਾਈ ਦੇ ਨਾਲ ਨਹੀਂ ਖੁਸ਼ ਹੁੰਦਾ ਪ੍ਰਭੂ ਹੁਕਮ ਮੰਨਣ ਵਾਲਿਆਂ ਦਾ ਕਿੰਨੇ ਲੋਕਾਂ ਨੂੰ ਪਤਾ ਆਪਾਂ ਇਸੇ ਚਰਚ ਵਿੱਚੋਂ ਇੰਨੇ ਅਮੀਰ ਬਣੇ ਹਾਂ ਇਸੇ ਚਰਚ ਨੇ ਸਾਨੂੰ ਸਭ ਕੁਝ ਦਿੱਤਾ ਸੀ ਤੇ ਕਦੀ ਚਰਚ ਤੋਂ ਭਜੇ ਨਹੀਂ ਕਾਰਨ ਕੀ ਹੈ ਜਦੋਂ ਸਹੇਲੀਆਂ ਹੀ ਉਦਾਂ ਦੀਆਂ ਬਣਾਉਣੀਆਂ ਜਿਹੜੇ ਹੈ ਬੁੱਤ ਪੂਜ ਕੇ ਆ ਤਾਂ ਤੁਹਾਨੂੰ ਉਹ ਹੀ ਮੱਤ ਦੇਣਗੇ ਨਾ ਕਿੰਨੇ ਲੋਕਾਂ ਨੂੰ ਸਮਝੇ ਯਾਕੂਬ ਨੇ ਜਦੋਂ ਦੂਜੀ ਯਾਕੂਬ ਦੀ ਸਟੋਰੀ ਪੜ੍ਹਦੇ ਯਾਕੂਬ ਨੇ ਜਦੋਂ ਦੇਸ਼ ਚੇਂਜ ਕੀਤਾ ਔਰ ਬਾਈਬਲ ਦੇ ਵਿੱਚ ਲਿਖਿਆ ਉਹਦੀ ਜਿਹੜੀ ਕੁੜੀ ਸੀ ਉਹਨੇ ਬਾਹਰ ਜਾ ਕੇ ਸਹੇਲੀਆਂ ਬਣਾਈਆਂ ਅੰਨੇ ਜਾਤੀ ਤੇ ਜਦੋਂ ਸਹੇਲੀਆਂ ਬਣਾਈਆਂ ਉਹਦੀ ਕੁੜੀ ਸਹੇਲੀਆਂ ਨਾਲ ਬਾਹਰ ਗਈ ਤਾਂ ਉੱਥੋਂ ਦਾ ਰੇਪ ਕਰ ਦਿੱਤਾ ਕਾਰਨ ਗਲਤ ਮਿੱਤਰ ਕਿੰਨੇ ਲੋਕ ਸੁਣਦੇ ਆ ਜਿਹਦੇ ਨਾਲ ਵੀ ਸੰਗਤੀ ਕਰਨੀ ਪਹਿਲਾਂ ਵੇਖੋ ਇਹ ਮੈਨੂੰ ਪ੍ਰਭੂ ਤੋਂ ਦੂਰ ਤਾਂ ਨਹੀਂ ਕਰ ਰਿਹਾ ਤੇ ਜੇ ਉਹ ਤੁਹਾਨੂੰ ਕਹਿੰਦਾ ਬਾਈਬਲ ਨਾ ਪੜ੍ਹ ਤੂੰ ਮੇਰੇ ਨਾਲ ਬਾਬੇ ਕੋਲ ਚੱਲ ਜਾ ਫਲਾਣੇ ਕੋਲ ਨੂੰ ਸਿੱਧਾ ਕਹਿ ਚੱਲ ਗੈਟ ਆਊਟ ਹੋ ਜਾ ਮੇਰੇ ਘਰੋਂ ਇੰਨੀ ਹਿੰਮਤ ਹੈਗੀ ਤੁਹਾਡੇ 'ਚ ਇੰਨੀ ਹਿੰਮਤ ਹੈਗੀ ਕਿਸੇ 'ਚ ਬਾਕੀਆਂ 'ਚ ਨਹੀਂ ਹੈਗੀ ਇੱਧਰ ਇੱਕ ਹਿੰਮਤ ਵਾਲੇ ਆ ਜੇ ਗਾੜੀ ਕਿਹਦੀ ਕੀ ਜ਼ਰੂਰਤ ਸਾਨੂੰ ਆਇਆ ਤਾਂ ਐਵੇਂ ਕਰਜੇ ਕਿਉਂਕਿ ਅਬਰਾਹਮ ਨੇ ਆਪਣੇ ਦੇਸ਼ ਨੂੰ ਆਪਣੇ ਸਾਕਾਂ ਨੂੰ ਅਤੇ ਆਪਣੇ ਪਿਤਾ ਦੇ ਘਰ ਨੂੰ ਕਿਉਂ ਛੱਡਿਆ ਕਿਉਂ ਸਾਰੇ ਲੱਤਾਂ ਖਿੱਚਣ ਵਾਲੇ ਹੀ ਪਰਮੇਸ਼ਰ ਸਭ ਕੁਝ ਦੇਣਾ ਚਾਹੁੰਦਾ ਪਰ ਜਦੋਂ ਤੁਹਾਡੀ ਸੰਗਤੀ ਗਲਤ ਹੋਏਗੀ ਉਹ ਤੁਹਾਡੀਆਂ ਸਾਰੀਆਂ ਆਸ਼ਾਂ ਨੂੰ ਬਲੌਕ ਕਰੇਗਾ ਜਿਹਨੇ ਲੋਕ ਸੁਣਦੇ ਆ ਪਲੂਸ ਕਹਿੰਦਾ ਇਹਨਾਂ ਵਿੱਚ ਰਹਿਣਾ ਪਰ ਇਹਨਾਂ ਵਾਲੇ ਕੰਮ ਕੀ ਹੈ ਕਿੰਨੇ ਲੋਕਾਂ ਨੂੰ ਪਤਾ ਵਾ ਸੰਗਤ ਠੰਡੀ ਪੈ ਗਈ ਆ ਇਹ ਠੰਡੇ ਲੋਕ ਆ
ਅਜੇ ਟਾਈਮ ਲੈਣਗੇ ਵਿਚਾਰੇ, ਜਿਹੜੀ ਬਰਕਤ ਮਹੀਨੇ ਨੂੰ ਮਿਲੀ ਹੈ 66 ਸਾਲਾਂ ਨੂੰ ਲੈਣਗੇ, ਕਿਉਂਕਿ ਢਿੱਲੇ ਨੇ ਤਾਂ ਢਿੱਲੇ ਲੋਕ ਆਸ਼ੀਸ਼ਿਤ ਨਹੀਂ ਹੁੰਦੇ ਜਿਹੜੇ ਸਰਗਰਮ ਰਹਿੰਦੇ। ਬਾਈਬਲ 'ਚ ਲਿਖਿਆ ਆਤਮਾ ਵਿੱਚ ਕੀ ਰਹੋ। ਮੈਂ ਦੌੜ ਲਾਉਣ ਵੀ ਜਾਂਦਾ ਅਤੇ ਮੈਂ ਜ਼ਬੂਰ ਪੜ੍ਹਦਾ ਜਾਂਦਾ, ਮੈਂ ਮੋਰਨਿੰਗ ਈਵਨਿੰਗ ਜੋ ਐਕਸਰਸਾਈਜ਼ ਵੀ ਕਰਦਾ, ਮੇਰੇ ਮੂੰਹ 'ਚ ਚੱਲਦਾ ਪ੍ਰੇਅਰ ਹਰ ਵਕਤ। ਤੁਹਾਨੂੰ ਮੈਂ ਤਾਂ ਹੀ ਕਹਿੰਦਾ ਵੇਖੋ, ਚਰਚ ਵਿੱਚ ਤੁਸੀਂ ਸਿੱਖਣ ਆਉਣਾ ਅਤੇ ਘਰ ਜਾ ਕੇ ਉਹਦੀ ਹਨੇਰੀ ਲਿਆਉਣੀ ਜਿਹੜੇ ਲੋਕ ਸੁਣਦੇ ਆ। ਅਤੇ ਜਿਹੜਾ ਬੰਦਾ ਆਪਣਾ ਰੋਲ ਛੱਡ ਕੇ ਬਹਿ ਗਿਆ ਵਾ, ਚਰਚ ਦੇ ਟਾਈਮ ਕੋਈ ਨਹੀਂ ਆ, ਕੋਈ ਦਰੀ ਵਿਛਾਉਣ ਦਾ ਟਾਈਮ ਨਹੀਂ ਆ, ਕੋਈ ਇੱਥੇ ਆਣ ਕੇ ਵਰਸ਼ਿਪ ਦਾ ਟਾਈਮ ਨਹੀਂ, ਉਹ ਬੰਦਾ ਫੇਲ ਜੇ। ਇਸ ਕਰਕੇ ਦੇਖੋ, ਇਹ ਸਿਸਟਰ ਬੈਕ ਸਲਾਈਡ ਹੋਈ ਹੈ, ਚਰਚ ਨੂੰ ਛੱਡਿਆ, ਪਰ ਆਪੇ ਨੂੰ ਕਦੀ ਨਹੀਂ ਕੁਝ ਆਖਿਆ ਤੂੰ ਨਹੀਂ ਆਉਂਦੀ। ਅਸੀਂ ਅੱਜ ਜਿੰਨੇ ਵੀ ਲੋਕ ਚਰਚ 'ਚੋਂ ਹਟ ਕੇ ਜਾਂਦਾ, ਆਪਾਂ ਨੂੰ ਕਹਿੰਦੇ ਕੁਝ ਨਾ, ਬਸ ਸਿਰਫ ਉਹਨਾਂ ਲਈ ਪ੍ਰੇਅਰ ਕਰਦੀ ਹੈ ਮੈਡਮ। ਸ਼ੁਰੂ ਤੋਂ ਕੰਮ ਆ ਕਿ ਪ੍ਰਭੂ ਜਿੰਨੇ ਬੈਕ ਸਲਾਈਡ ਹੋਏ ਸਭ ਬਹਾਲ ਹੋਣ। ਹੁੰਦੇ ਕਿ ਨਹੀਂ, ਕਿੱਦਾਂ ਹੁੰਦੇ ਆ? ਹਾਂਜੀ, ਕੀ ਕਰਨਾ ਪੈਂਦਾ ਉਹਦੇ ਨਾਲ? ਜੇ ਤੁਸੀਂ ਬਹਾਲ ਕਰਨਾ ਚਾਹੁੰਦੇ ਉਹਦੇ ਲਈ ਕੀ ਕਰੋਗੇ? ਪਹਿਲੇ ਨੰਬਰ 'ਤੇ ਵਚਨ। ਕਿਹੜਾ ਕੇਸ ਕਿੱਥੇ ਲਿਖਿਆ ਕਿ ਇਹਨੂੰ ਵਾਪਸ ਲਿਆਉਂਦਾ? ਜ਼ਬੂਰ 126 'ਚ ਲਿਖਿਆ। ਮੇਰੇ ਭੈਣ ਭਰਾ, ਜਦੋਂ ਚਰਚ ਆਉਂਦੇ ਹੁੰਦੇ ਨਾ, ਤਾਂ ਆਪਣੇ ਸਿਰ ਤੋਂ ਬੋਝ ਲਾ ਕੇ ਆਇਆ ਕਰੋ, ਇੱਥੇ ਪੂਰਾ ਬੋਝ ਲਾ ਦਿਆ ਕਰੋ, ਫਿਰ ਇੱਥੇ ਆਓ, ਫਿਰ ਕੁਝ ਤੁਹਾਨੂੰ ਸਮਝ ਵੀ ਲੱਗੇਗੀ। ਹੁਣ ਐਡੀ ਵੱਡੀ ਗਵਾਹੀ ਤੁਹਾਨੂੰ ਸਮਝ ਨਹੀਂ ਲੱਗੀ ਕਿ ਭੈਣ ਚਰਚ 'ਚੋਂ ਹਟ ਗਈ, ਪ੍ਰੋਬਲਮ ਹੋ ਗਈ ਅਤੇ ਚਰਚ ਨੂੰ ਛੱਡ ਦਿੱਤਾ, ਪਰ ਫਿਰ ਵੀ ਖੁਦਾ ਦੇ ਦਾਸਾਂ ਨੇ ਇਹਦੇ ਲਈ ਪ੍ਰੇਅਰ ਨਹੀਂ ਬੰਦ ਕੀਤੀ। ਤਾਂ ਬਾਈਬਲ 'ਚ ਲਿਖਿਆ, ਪ੍ਰਭੂ ਕਹਿੰਦਾ ਜਿਹਨੂੰ ਮੈਂ ਫੜਦਾ ਉਹਨੂੰ ਮੈਂ ਕਦੀ ਵੀ ਛੱਡਦਾ ਨਹੀਂ। ਪ੍ਰਭੂ ਨੇ ਤਾਂ ਨਹੀਂ ਛੱਡਿਆ, ਕਿਹਨੇ ਛੱਡਿਆ? ਸਾਰੇ ਬੋਲੋ, ਭੈਣ ਨੇ ਛੱਡਿਆ ਸੀ, ਪਰ ਯਿਸੂ ਕਦੀ ਵੀ ਕੀ ਹੈ? ਤਾਰੀਫ ਕਰੋ ਜ਼ੋਰ ਦੀ, ਕਿਉਂਕਿ ਜਿਹੜਾ ਮੁੜ ਕੇ ਆ ਗਿਆ ਅੱਛਾ ਬੱਚਾ ਖੁਦਾ ਦਾ, ਕਿਉਂਕਿ ਉਹ ਜਾੜੂ ਪੁੱਤਰ ਨੇ ਚਲੇ ਗਿਆ, ਖੁਦਾ ਨੇ ਫਿਰ ਉਹਨੂੰ ਗੱਲ ਨਾਲ ਕੀ ਕਰ ਲਿਆ? ਉਹਨੂੰ ਗੂਟੀ ਦਿੱਤੀ, ਉਹਨੂੰ ਬਸਤਰ ਦਿੱਤੇ, ਤਾਂ ਉਹਦੇ ਵਾਸਤੇ ਘਰ ਵਿੱਚ ਦਾਵਤ ਕੀ ਹੈ? ਪ੍ਰਭੂ ਇੱਕ ਭੇਡ ਨੂੰ ਛੱਡ ਕੇ, ਇੱਕ ਭੇਡ ਦੇ ਮਗਰ ਕਿਉਂ ਗਿਆ? 99 ਨੂੰ ਛੱਡ ਕੇ। ਅੱਜ ਦੀ ਕਿੰਨੇ ਲੋਕਾਂ ਨੂੰ ਲੈ ਕੇ ਆਓਗੇ ਕਲੀਸੀਆ? ਤੁਸੀਂ ਕਹਿਣਾ ਯਿਸੂ ਨੇ ਲਿਆਉਣਾ, ਅਸੀਂ ਥੋੜ੍ਹੀ ਲਿਆਉਣਾ, ਸਾਡੇ ਕੋਲ ਤਾਂ ਕੰਮ 'ਚ ਵੇਲ ਨਹੀਂ। ਤੁਸੀਂ ਕੰਮ ਵੀ ਕਰਨਾ ਤੇ ਮੂੰਹ ਨਾਲ ਗਵਾਈ ਵੀ ਕੀ ਕਰਨੀ ਆ? ਕੰਮ ਹੱਥਾਂ ਨਾਲ ਕਰਨਾ। ਆਮੀਨ। ਸਭ ਜ਼ੋਰ ਦੀ ਤਾਰੀਫ ਕਰੋ ਪ੍ਰਭੂ। ਹਾਂ, ਨਾ ਕਰੇ ਸਿਸਟਰ ਦਾ ਨਾਮ ਪ੍ਰੋਮਿਲਾ, ਪਿੰਡ ਨਾ ਕਲਾ, ਇਹਨਾਂ ਦੇ ਜੀਵਨ ਦੀ ਗਵਾਈ ਛੋਟੇ ਬੱਚੇ ਦੀ ਆ। ਤੁਸੀਂ ਸਿਰ ਤੁਹਾਡਾ ਪਿਛਲੀ ਸਾਈਡ ਤੇ ਹੋ ਜਾਓ, ਕੋਈ ਉਹਨੂੰ ਦੇਖ ਨਹੀਂ ਰਿਹਾ ਪਿੱਛੋਂ। ਸਿਸਟਰ ਦਾ ਨਾਮ ਪ੍ਰੋਮਿਲਾ, ਪਿੰਡ ਨਾ ਕਲਾ, ਇਹਨਾਂ ਦੇ ਜੀਵਨ ਦੀ ਗਵਾਈ ਛੋਟੇ ਬੱਚੇ ਦੀ ਆ ਕਿ ਜਦ ਛੋਟੇ ਬੱਚੇ ਦੇ ਪੇਪਰ ਸ਼ੁਰੂ ਹੋਏ ਸੀ ਔਰ ਇਹਨਾਂ ਪਰਮੇਸ਼ਵਰ ਦੇ ਦਾਸਾਂ ਕੋਲੋਂ ਪ੍ਰਾਰਥਨਾ ਕਰਵਾਈ ਕਿ ਸਾਡੇ ਬੱਚੇ ਦੇ ਜਿਹੜੇ ਵਧੀਆ ਨੰਬਰ ਆਉਣ, ਪਰਮੇਸ਼ਵਰ ਨੇ ਇਹਨਾਂ ਦਾਸਾਂ ਦੇ ਦੁਆਰਾ ਇਹ ਸਿਸਟਰ ਜੋ ਲਗਾਤਾਰ ਆਪਣੇ ਬੇਟੇ ਵਾਸਤੇ ਪ੍ਰੇਅਰ ਕਰਦੇ ਸੀ, ਉਸ ਪ੍ਰੇਅਰ ਦੇ ਦੌਰਾਨ ਪਰਮੇਸ਼ਵਰ ਨੇ ਬੱਚੇ ਨੂੰ ਚੰਗੀ ਬੋਧ ਦਿੱਤੀ, ਸਮਝ ਦਿੱਤੀ, ਪੜ੍ਹਾਈ ਲਿਖਾਈ ਵਾਲਾ ਜੀਵਨ ਦਿੱਤਾ ਔਰ ਬੱਚਾ ਨਰਸਰੀ ਕਲਾਸ 'ਚੋਂ ਸੈਕੰਡ ਡਿਵੀਜ਼ਨ 'ਤੇ ਆਇਆ। ਇਸ ਵੱਡੀ ਕਿਰਪਾ ਲਈ ਆਪਣੇ ਦਾਸਾਂ ਦਾ, ਆਪਣੇ ਪਰਮੇਸ਼ਵਰ ਦਾ ਦਿਲ ਤੋਂ ਥੈਂਕਸ ਕਰਦੇ ਹਾਂ। ਸਭ ਪਰਮੇਸ਼ਵਰ ਦਾ ਤਾਰੀਫ ਕਰਾਂਗੇ। ਆਮੀਨ। ਤਾਰੀਫ ਕਰੋ, ਤਾਰੀਫ ਕਰੋ, ਤਾਰੀਫ ਇਹ ਬੱਚੇ ਦੀ ਗਵਾਹੀ ਕਿੰਨੇ ਲੋਕਾਂ ਨੇ ਪਹਿਲੇ ਵੀ ਸੁਣੀ ਹੈ? ਜਦੋਂ ਇਹਦਾ ਜਨਮ ਹੋਣ ਵਾਲਾ ਸੀ, ਡਾਕਟਰ ਕਹਿੰਦਾ ਸੀ ਬੱਚੇ ਦਾ ਦਿਮਾਗ ਨਹੀਂ ਹੈਗਾ, ਇਹ ਜੇ ਪੈਦਾ ਹੋ ਵੀ ਗਿਆ ਤੇ ਬਿਲਕੁਲ ਘੱਟ ਦਿਮਾਗ ਵਾਲਾ ਹੈਗਾ। ਕਿੰਨੇ ਲੋਕ ਸੁਣਦੇ? ਤੋ ਇਹਨਾਂ ਨੇ ਵਿਸ਼ਵਾਸ ਕੀਤਾ, ਕਿਉਂਕਿ ਜੋ ਪ੍ਰਭੂ ਦੇ ਦਾਸਾਂ ਨੇ ਵੋਟ ਦਿੱਤੇ ਸੀ ਵਚਨ ਦੇ ਦੁਆਰਾ, ਇਹਨਾਂ ਵੋਟ ਦੇ ਉੱਪਰ ਯਕੀਨ ਕੀਤਾ। ਅੱਜ ਇਹ ਬੱਚੇ ਦਾ ਸਭ ਤੋਂ ਤੇਜ਼ ਦਿਮਾਗ ਹੈ ਜਿੰਨੇ ਲੋਕ ਸੁਣਦੇ ਆ, ਕਿਉਂਕਿ ਜਿਹੜੀ ਇਹ ਚੀਜ਼ਾਂ ਸਾਨੂੰ ਯਹਾਵਾ ਦੀ ਔਰ ਤੋਂ ਮਿਲਦੀਆਂ, ਤੋ ਬਾਈਬਲ 'ਚ ਲਿਖਿਆ ਉਹ ਪਹਿਲੇ ਤੋਂ ਸਿੱਕੇ ਔਰ ਉਹਨਾਂ ਦੇ ਧੀਆਂ ਪੁੱਤਰ ਸਿਖਾਏ ਹੋਣਗੇ। ਸਭ ਤੋਰ ਦੀ ਤਾਰੀਫ ਕਰੋ, ਤੋਰ ਦੀ। ਆਮੀਨ। ਸੁਣੋ, ਜਿਹੜੀ ਚੀਜ਼ ਤੁਹਾਨੂੰ ਪਰਮੇਸ਼ਵਰ ਦੀ ਔਰ ਤੋਂ ਮਿਲਦੀ ਹੈ ਨਾ, ਡਾਕਟਰ ਕੁਛ ਵੀ ਕਵੇ ਉਹ ਸਭ ਤੋਂ ਸੁਪਰ ਬਲੈਸ ਹੈਗਾ, ਕਿਉਂਕਿ ਇਹਨੂੰ ਡਾਕਟਰ ਕਹਿੰਦਾ ਇਹ ਦਿਮਾਗ ਨਹੀਂ ਹੈਗਾ, ਇਹ ਸਹੀ ਨਹੀਂ ਆ, ਓਪਰੇਸ਼ਨ ਕਰਾ ਦਿਓ। ਉਹ ਬ੍ਰਦਰ ਅੱਜ ਸਾਡਾ ਇੱਥੇ ਨਹੀਂ ਜਿਹੜਾ ਇਹਨਾਂ ਨੂੰ ਫਸਟ ਟਾਈਮ ਲੈ ਗਿਆ,
ਤੋਂ ਬਹੁਤ ਵੱਡੀ ਗਵਾਹੀ ਇਹਨਾਂ ਦੇ ਲਾਈਫ ਦੀ। ਦੇਖੋ ਮੈਂ ਤੁਹਾਨੂੰ ਤਾਂ ਹੀ ਕਿਹਾ, ਹਰ ਚੀਜ਼ ਵਾਸਤੇ ਪ੍ਰਭੂ ਦਾ ਧੰਨਵਾਦ ਕਰਨਾ, ਬੱਚਿਆਂ ਲਈ, ਹਰ ਇੱਕ ਚੀਜ਼ ਲਈ, ਖੁਦਾ ਇਹੋ ਚਾਹੁੰਦਾ ਬਸ। ਤੋ ਦੇਖੋ ਬੱਚੇ ਨੇ ਕਿੰਨੇ ਵਧੀਆ ਨੰਬਰ ਲੈ, ਕਿੰਨੇ ਵਧੀਆ ਮਾਰਕਸ ਲੈ ਕੇ, ਤੇ ਕੀ ਹੋਇਆ, ਅੱਜ ਡਾਕਟਰ ਇੱਥੇ ਹੋਵੇ ਨਾ ਚੰਡੀਗੜ੍ਹ ਵਾਲੇ, ਫੇਲ ਕਰ ਦਿੰਦਾ ਪ੍ਰਭੂ। ਤਾਰੀਫ ਕਰੋ ਜ਼ੋਰ ਦੀ ਨਾਲ। ਮੈਂ ਤੇਰਾ ਸੈਟ ਕਰ ਇੱਕ ਸੌਂਗ ਲਗਾਈ ਯਾਰ, ਚਲੋ ਬੱਲੇ ਬੱਲੇ ਨਿਰਾਸ਼ਾ ਇੱਥੇ ਆ, ਇੱਕ ਆਸ਼ਾ ਤੇ ਇੱਕ ਨਿਰਾਸ਼ਾ ਹੁੰਦੀ ਆ। ਆਸ ਵਿੱਚ ਚੰਗਾ ਵੀ ਪੂਰੀ ਹੋਈ ਤੇ ਨਿਰਾਸ਼ਾ ਵੀ ਜਿਹੜੇ ਵੀ ਨਿਰਾਸ਼ ਆ। ਹੈਂ ਤੁਸੀਂ ਕੈਮਰੇ ਤੋਂ ਕਿਉਂ ਇੰਨਾ ਡਰਦੇ? ਮੈਂ ਤਾਂ ਨਾ ਮੈਂ 24 ਘੰਟੇ ਕੈਮਰੇ ਦੇ ਅੱਗੇ ਰਵਾਂ। ਜਿੱਦਣ ਦਾ ਮੈਂ ਜਿੰਮ ਲਾਉਣਾ ਸਟਾਰਟ ਕੀਤਾ, ਜਿੱਦਣ ਦੀ ਮੈਂ ਦੌੜ ਸ਼ੁਰੂ ਕੀਤੀ, ਮੈਂ ਇੰਨਾ ਐਕਟਿਵ ਤੁਹਾਨੂੰ ਮੈਂ ਦੱਸ ਨਹੀਂ ਸਕਦਾ।
ਮੈਂ ਡਰਦਾ ਵੀ ਛੱਡਦੇ ਮੈਨੂੰ ਛੱਡਦੇ, ਸਮਝ ਆਈ? ਮੈਂ ਤੁਹਾਨੂੰ ਕਹਿੰਦਾ ਕਿ ਪਹਿਲਾਂ ਦੌੜ ਦੌੜ ਲਾਇਆ ਕਰੋ, ਐਕਸਰਸਾਈਜ਼ ਕਰੋ, ਤੁਹਾਨੂੰ ਸੁਸਤੀ ਬਹੁਤ, ਚਾਹ ਤੁਸੀਂ ਬਹੁਤ ਜ਼ਿਆਦਾ ਪੀਂਦੇ ਜੀ, ਅੱਛਾ ਖਾਣਾ ਸਟਾਰਟ ਕਰੋ, ਖਾਓ ਨੋਰਮਲੀ, ਹੋਰ ਬੱਕਰਾ ਥੋੜ੍ਹੀ ਖਾਣਾ ਵਾ, ਨੋਰਮਲੀ ਖਾਣਾ। ਹੁਣ ਦੇਖੋ ਇਹਨਾਂ ਦੀ ਜਿਹੜੀ ਟੈਸਟੀਮਨੀ ਮੈਨੂੰ ਪਤਾ ਵਾ, ਜਦੋਂ ਗਵਾਹੀ ਇੱਥੇ ਹੁੰਦੀ ਮੈਂ ਤੁਹਾਨੂੰ ਕਹਿੰਦੀ ਇਕੱਲੀ ਇਕੱਲੀ ਨੂੰ ਇੱਕ ਇੱਕ ਤਾਰ ਨੂੰ ਬੋਲੋ, ਲੋਕਾਂ ਦੇ ਦਿਮਾਗ ਦਿਲ ਛਿੰਝ ਜਾਣ। ਹੁਣ ਜਿਹਦੇ ਇਹਨਾਂ ਨੇ ਪ੍ਰੇਅਰ ਕਰਾਈ, ਸਾਰਾ ਟੱਬਰ ਰੋਣ ਡਿਆ ਸੀ ਵੀ ਸਾਹ ਉੱਕਾ ਹੀ ਬੰਦ ਹੋ ਗਿਆ, ਪ੍ਰੇਅਰ ਕੀਤੀ। ਉਸ ਤੋਂ ਬਾਅਦ ਮੈਂ ਕਹਿੰਦਾ ਹੁਣ ਤੁਸੀਂ ਹੋਸਪਿਟਲ ਲੈ ਕੇ ਜਾਓ, ਆਸ਼ਾ ਨੂੰ ਦੋ ਮਿੰਟ, ਆਸ਼ਾ ਨੂੰ ਮੈਂ ਦੋ, ਭੈਣ ਨੂੰ ਦੋ ਮਿੰਟ, ਭੈਣ ਆਸ਼ਾ ਕੁ ਸੁਣਦੇ ਆ। ਹਾਂਜੀ ਭੈਣ ਜੀ, ਕੀ ਹੋਇਆ ਸੀ, ਤੁਸੀਂ ਦੱਸੋ। ਜ਼ੋਰ ਦੀ ਢਿੱਲੀ ਜੀ ਕਲੀਸੀਆ, ਢਿੱਲਾ ਜਾ ਨਾਰਾ, ਹਾਲੇਲੂਯਾ। ਸ਼ੈਤਾਨ ਦੀ ਥੋੜੀ ਲੱਤਾਂ ਨੂੰ ਢਿੱਲਣੀ ਚਾਹੀਦੀ। ਹਾਂਜੀ ਹਾਂਜੀ ਹਾਂਜੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਆਸ਼ਾ ਹੈ। ਆਸ਼ਾ, ਤੁਹਾਡਾ ਨਾਮ, ਤੁਸੀਂ ਕਿਸ ਜਗ੍ਹਾ ਤੋਂ ਆਏ ਜੇ? ਅੰਮ੍ਰਿਤਪੁਰੇ ਤੋਂ। ਹਾਂਜੀ, ਤੁਸੀਂ ਅੰਮ੍ਰਿਤਪੁਰੇ ਤੇ, ਹੁਣ ਤੁਹਾਡੀ ਗਵਾਹੀ ਕੀ, ਤੁਸੀਂ ਬੜੇ ਵਧੀਆ ਜਿਹੇ ਤਰੀਕੇ ਨਾਲ ਦੱਸਣਾ, ਕੀ ਪ੍ਰੋਬਲਮ ਹੋਈ ਸੀ? ਹਾਂਜੀ ਸੰਤ ਜੀ, ਉਹਨਾਂ ਨੇ ਰਸੁੱਤੇ ਸੁੱਤੇ ਪਏ ਨਾ, ਜਿਹੜੀ ਗਵਾਹੀ ਤੁਹਾਡੇ ਦਿਓਰ ਦੀ ਆ। ਹਾਂਜੀ ਹਾਂਜੀ, ਕੀ ਪ੍ਰੋਬਲਮ ਸੀ ਉਹਨਾਂ ਨੂੰ? ਉਹਨਾਂ ਦਾ ਸਾਹ ਰੁਕ ਗਿਆ ਸੀ। ਹਾਂਜੀ, ਕੀ ਹੋਇਆ ਸੀ ਉਹਨਾਂ ਨੂੰ? ਜਦੋਂ ਰਾਤ ਦੇ ਸਮੇਂ ਬਿਲਕੁਲ ਠੀਕ ਸੁੱਤੇ ਹੋ? ਹਾਂਜੀ। ਫਿਰ ਕੀ ਹੈ, ਕਦੋਂ ਤੁਹਾਨੂੰ ਪਤਾ ਲੱਗਾ ਉਹਨਾਂ ਦਾ ਸਾਹ ਰੁਕ ਗਿਆ? ਸੰਤਰੀ ਅੰਦਰੋਂ ਨਾ ਕਮਰੇ ਚੋਂ ਉੱਠ ਕੇ ਤੇ ਬਾਹਰ ਆ ਗਏ ਸੀ। ਹਾਂ, ਬਾਹਰ ਆਣ ਕੇ ਤੇ ਬਾਥਰੂਮ ਵੱਲ, ਥੋੜਾ ਵੌਇਸ ਬੜਾ ਦੇ ਮੈਕ ਦੀ, ਤੇ ਫਿਰ ਨਾ ਬਾਥਰੂਮ ਵੱਲ ਨਹੀਂ ਗਏ ਤੇ ਅੱਖਾਂ ਦੇ ਗਾੜੀ ਹਨੇਰਾ ਹਨੇਰਾ ਹੋ ਗਿਆ ਸੀ ਉਹਨਾਂ ਦੇ। ਬਾਥਰੂਮ ਵਿੱਚ ਗਏ ਪਰ ਬਾਥਰੂਮ ਵੱਲ ਨਹੀਂ ਗਏ? ਹਾਂਜੀ ਹਾਂ, ਉਹਨਾਂ ਦੇਖਣ ਦੀ ਗੜੀ ਨੇਰਾ। ਹਾਂਜੀ, ਥੋੜਾ ਜਲ ਕਰ ਜੀ, ਆ ਗਏ ਤੇ ਘੁੰਮਦੇ ਘੁੰਮਦੇ ਆ ਗਏ ਤੇ ਕੰਧ ਦੇ ਨਾਲ ਵੱਜਣ ਲੱਗੇ। ਕਿੰਨੇ ਲੋਕਾਂ ਨੇ ਸਮਝਾਈ ਹੁਣ ਮੂੰਹ ਸਿਰ ਦਾ ਪਤਾ ਲੱਗਾ ਨਾ? ਹਾਂਜੀ, ਉਸ ਤੋਂ ਬਾਅਦ ਹਾਂ ਤੇ ਫਿਰ ਸੰਤ ਜੀ ਅਸੀਂ ਤੁਹਾਨੂੰ ਨੰਬਰ ਲਾਇਆ, ਫਿਰ ਅਸੀਂ ਪ੍ਰੇਅਰ ਕਰਵਾਈ। ਤੁਸੀਂ ਉਸ ਟਾਈਮ ਕੀ ਕਰ ਰਹੇ ਸੀ, ਸਾਰਾ ਪਰਿਵਾਰ ਜੋ ਤੁਸੀਂ ਪ੍ਰੇਅਰ ਕਰੇ, ਤੁਸੀਂ ਕੀ ਕਰ ਰਹੇ ਹੋ ਸਾਰੇ? ਹਾਂਜੀ ਸੰਤ ਜੀ, ਅਸੀਂ ਰੋਂਦੇ ਸੀ। ਤੁਸੀਂ ਰੋ ਰਹੇ ਸੀ, ਤੁਹਾਨੂੰ ਕੋਈ ਉਮੀਦ ਨਹੀਂ ਸੀ ਨਜ਼ਰ ਆ ਰਹੀ ਕਿਹਨੇ ਬਚਣਾ ਕਿ ਨਹੀਂ ਬਚਣਾ, ਪਰ ਖੁਦਾ ਦੇ ਦਾਸ ਨੇ ਕੀ ਬੋਲਿਆ ਸੀ? ਆਪਣਾ ਕੰਮ ਕਰਦੀ ਆ, ਔਰ ਡਾਕਟਰ ਦਾ ਆਪਣਾ ਕੰਮ ਹੈ, ਅਸੀਂ ਕਦੀ ਕਿਸੇ ਨੂੰ ਮੈਡੀਸਨ ਤੋਂ ਨਹੀਂ ਰੋਕਦੇ, ਸਮਝ ਆਈ? ਹਾਂਜੀ, ਉਸ ਤੋਂ ਬਾਅਦ ਬਿਲਕੁਲ ਠੀਕ ਹੈ, ਹੁਣ ਉਹਦੇ ਤੇ ਬਿਲਕੁਲ ਠੀਕ ਆ, ਖਾ ਰਹੇ ਨੇ ਪੀ ਰਹੇ ਨੇ। ਜਦੋਂ ਪ੍ਰੇਅਰ ਕੀਤੀ ਕਿੰਨੇ ਚਿਰ ਦੇ ਵਿੱਚ ਜਾ ਕੇ ਜਦੋਂ ਡਾਕਟਰ ਦੇ ਕੋਲ ਲੈ ਗਏ ਤੇ ਕਿੰਨੇ ਚਿਰ ਚ ਕਵਰ ਹੋ ਗਏ? ਹਾਂਜੀ ਸੰਤ ਜੀ, ਜਾ ਕੇ ਹਲੇ ਹੋਸਪਿਟਲ ਦੇ ਗਾੜੀ ਖਲੋਤੇ ਸੀ। ਹਾਂ, ਤੇ ਇੱਕਦਮ ਫਿਰ ਗੱਡੀ ਚੋਂ ਬਾਹਰ ਆਏ ਤੇ ਆਪਣੇ ਆਪ ਹੀ ਬਾਹਰ ਨਿਕਲੇ, ਬਾਹਰ ਨਿਕਲੇ ਤੇ ਕਹਿੰਦੇ ਹੁਣ ਮੈਨੂੰ ਦਿਖਣ ਡਿਆ ਪਿਆ, ਦਿਖਣਾ ਵੀ ਸ਼ੁਰੂ ਹੋ ਗਿਆ। ਅਜੇ ਡਾਕਟਰ ਨੇ ਕੁਛ ਨਹੀਂ ਕੀਤਾ? ਨਹੀਂ ਸੰਤ ਜੀ, ਕਿੰਨੇ ਲੋਕਾਂ ਨੇ ਸਮਝਾਈ ਆ, ਅਜੇ ਡਾਕਟਰ ਨੇ ਕੁਛ ਨਹੀਂ ਕੀਤਾ, ਸਿਰਫ ਇੱਕ ਪ੍ਰੇਅਰ ਕੀਤੀ। ਔਰ ਪ੍ਰੇਅਰ ਤੋਂ ਬਾਅਦ ਜਦੋਂ ਹੋਸਪਿਟਲ ਸ਼ੁਰੂ ਗਏ, ਅਜੇ ਟ੍ਰੀਟਮੈਂਟ ਸ਼ੁਰੂ ਨਹੀਂ ਆਇਆ, ਤੇ ਜਿਹੜੀ ਅੱਖਾਂ ਦੀ ਰੋਸ਼ਨੀ ਬੰਦ ਸੀ ਉਸ ਵੇਲੇ ਦਿਖਣੀ ਕੀ ਹੋ ਗਈ? ਤਾਰੀਫ ਕਰੋ ਜ਼ੋਰ ਦੇ ਨਾਲ, ਕਿਉਂਕਿ ਮੈਰੀਕਲ ਪ੍ਰਭੂ ਕਰਦਾ ਮੇਰੇ ਜੀਜੋ, ਤਾਂ ਕਿਹਾ ਵੀ ਬੜੇ ਵੱਡੇ ਪਰਮੇਸ਼ਰ ਨੂੰ ਮੰਨਦੇ, ਜਿਹੜਾ ਮੁਰਦਿਆਂ ਵਿੱਚ ਵੀ ਜਾਨ ਪਾਉਣ ਦੀ ਸਮਰੱਥ ਕੀ ਹੈ। ਹਾਂਜੀ ਹਾਂਜੀ, ਉਸ ਤੋਂ ਬਾਅਦ ਦੂਸਰੀ ਬਿਲਡਿੰਗ ਦਾ ਲਿੰਟਰ ਵੀ ਪੈ ਗਿਆ। ਪਰਮੇਸ਼ਵਰ ਚਰਚ ਵਿੱਚ ਆਣ ਕੇ ਤੁਸੀਂ ਕੱਢੇ ਕੇ ਵਧੇ, ਇਹ ਚਰਚ ਵਿੱਚ ਆਣ ਕੇ ਤੁਸੀਂ ਵਧੇ ਕੇ ਕੱਢੇ, ਕੋਈ ਚਰਚ ਚੇਂਜ ਨਹੀਂ ਕੀਤਾ, ਕਿਉਂਕਿ ਖੁਦਾ ਦੇ ਦਾਸ ਪੂਰੀ ਲਾਠੀ ਪ੍ਰਭੂ ਦੇ ਵਚਨ ਨੂੰ ਖੜਕਾ ਕੇ ਕੀ ਕਰਦੇ ਆ, ਸਮਝ ਆਈ?
ਤੇਰੀ ਸੋਟੀ ਤੇ ਤੇਰੀ ਲਾਠੀ ਕੀ ਹੈ? ਪਰਮੇਸ਼ਵਰ ਦਾ ਵਚਨ। ਇਹੋ ਮੈਂ ਜ਼ਿਆਦਾ ਖੜਕਾ ਕੇ ਰੱਖਦਾ। ਵੇਖੋ ਮੇਰੇ ਭੈਣ ਭਰਾ, ਮੇਰਾ ਗੁੱਸਾ ਨਾ ਕਰਿਓ, ਕਿਉਂਕਿ ਮੇਰੀ ਆਦਤ ਹੈ ਕਿ ਕੰਮ ਵਿੱਚ ਲਾਪਰਵਾਹੀ ਮੈਨੂੰ ਪਸੰਦ ਨਹੀਂ। ਹਾਂਜੀ, ਉਸ ਤੋਂ ਬਾਅਦ ਸਿਸਟਰ, ਸਹਿਰਾਂ ਦਾ ਰਿਜ਼ਲਟ ਬੜੀ ਆਇਆ। ਹੁਣ ਸਹਿਰਾਂ ਦੀ ਮੰਮੀ ਕੋ ਦੋ ਸ਼ਬਦ ਸੁਣ। ਹਾਂਜੀ, ਦੋ ਸ਼ਬਦ ਸਹਿਰਾਂ ਦੀ ਮੰਮੀ ਕੋ ਸੁਣਾ। ਪੰਜਵੀਂ ਵਿੱਚੋਂ ਇਹ ਸੈਕਿੰਡ ਨੰਬਰ ਤੇ ਆਈ ਹੈ। ਫਸਟ ਔਰ ਸੈਕਿੰਡ, ਬਲਕਿ ਦੂਜੇ ਨੰਬਰ ਤੇ। ਸਭ ਜ਼ੋਰ ਦੀ ਤਾਰੀਫ ਕਰੋ। ਤਾਰੀਫ ਹੋਣੀ ਚਾਹੀਦੀ ਕਿ ਨਹੀਂ? ਹਾਂਜੀ 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 ਹਾਂ। ਅੱਗੇ ਸਹਿਰਾਂ ਸਹਿਰਾਂ ਦੀ ਮੰਮੀ ਕੋ ਸੁਣਾਂਗੇ ਦੋ ਸ਼ਬਦ। ਇੰਨੀ ਯਾਰ ਸਹੀ ਗੱਲ ਕੀ ਚੰਦਰਾ ਕੀ ਹੁੰਦਾ? ਤੁਸੀਂ ਕੋਈ ਵੀ ਕੰਮ ਕਰਾਉਂਦੇ ਪਹਿਲਾਂ ਆਪਣੇ ਸੰਤਾਂ ਕੋ ਪ੍ਰੇਅਰ ਜ਼ਰੂਰ ਕਰਾਉਂਦੇ ਜੀ, ਪਰ ਮੈਨੂੰ ਤਾਂ ਖੁਸ਼ੀ ਹੁੰਦੀ ਜੇ ਲੋਕੀ ਇੱਥੇ ਆਣ ਕੇ ਗਵਾਹੀਆਂ ਦੇਣ। ਜੇ ਇਕੱਲਾ ਕੰਮ ਹੋ ਗਿਆ, ਚੁੱਪ ਰਹਿ ਗਏ, ਦੱਸਿਆ ਨੀ, ਫਿਰ ਮੈਨੂੰ ਨੀ ਖੁਸ਼ੀ ਹੁੰਦੀ। ਉਹ ਮੇਰੀ ਹਸਬੈਂਡ ਦੀ ਰਹਿੰਦੀ ਗਵਾਹੀ ਤੇ ਮੈਨੂੰ ਹਰ ਵਾਰੀ ਹੁੰਦਾ ਕਿ ਮੈਂ ਦੇ ਨੀ ਗਵਾਹੀ। ਅਜੇ ਮੈਂ ਮਨਜ਼ੂਰ ਨਹੀਂ ਕੀਤੀ ਹੈ, ਜੇ ਆਪ ਖਲੋਵੇਗਾ ਫਿਰ ਮਨਜ਼ੂਰ ਕਰਾਂਗਾ। ਅਜੇ ਮਨਜ਼ੂਰ ਨਹੀਂ ਹੋਇਆ। ਦੇਖੋ ਇੱਕ ਮੇਰੀ ਗੱਲ ਨੂੰ ਯਾਦ ਰੱਖੋ, ਜੇ ਤੁਹਾਡਾ ਦਾਸ ਨਹੀਂ ਨਾ ਖੁਸ਼ ਹੈਗਾ ਤੇ ਉਹ ਗੱਲੀ ਵੀ ਕੀ ਹੈ? ਕਿੱਥੇ ਲਿਖਿਆ ਬਲਾ? ਲੂਕਾ 10:16 ਚ ਲਿਖਿਆ, ਪ੍ਰਭੂ ਦੇ ਵਚਨ ਚ ਲਿਖਿਆ, ਜੋ ਮੇਰੇ ਦਾਸ ਨੂੰ ਸੁਣਦਾ ਮੈਨੂੰ ਕੀ ਕਰਦਾ? ਜਿਹੜਾ ਉਹਨੂੰ ਰੱਦਦਾ ਮੈਨੂੰ ਕੀ ਹੈ? ਤੇ ਜਿਹੜਾ ਮੇਰੇ ਘੱਲਣ ਵਾਲੇ ਨੂੰ ਰੱਦਦਾ ਮੈਨੂੰ ਕੀ ਕਰਦਾ? ਫਿਰ ਕਿੱਥੇ ਲਿਖਿਆ? ਲੂਕਾ 10। ਹਰ ਗੱਲ ਤੁਹਾਡਾ ਵੋਟ ਬਾਈਬਲ ਚ ਹੋਣਾ ਚਾਹੀਦਾ। ਹਾਂਜੀ ਹਾਂਜੀ। ਉਸ ਤੋਂ ਬਾਅਦ ਦੇਖੋ ਤੁਸੀਂ ਵੀ ਆਪਣੀ ਸਿਹਤ ਦਾ ਧਿਆਨ ਰੱਖੋ। ਸਭ ਜ਼ੋਰ ਦੀ ਤਾਰੀਫ ਕਰੋ। ਇੱਕ ਸੌਂਗ ਲਗਾਵਾਂਗੇ, ਸੌਂਗ ਮੇਰਾ ਬੈਕ ਸੈਟ। ਬੇਨਤੀ ਭਰਾਵਾ, ਮੈਂ ਤਾਂ ਦਬਕੇ ਨਹੀਂ ਮਾਰਦਾ, ਮੈਨੂੰ ਮਾਫ਼ ਕਰਿਓ। ਪਹਿਲਾਂ ਮੈਂ ਮਾਫ਼ੀ ਮੰਗਦਾ। ਕਲੀਸਿਆ ਜਿਹੜੀ ਪ੍ਰਭੂ ਦੇ ਬੱਚੇ ਆ, ਅਤੇ ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ, ਮੈਂ ਤੁਹਾਨੂੰ ਇੰਨਾ ਐਕਟਿਵ ਵੇਖਣਾ ਚਾਹੁੰਦਾ। ਤੁਸੀਂ 8 ਸਾਲ ਦੇ ਕ੍ਰਿਸਚਨ ਜੇ ਨਾ, ਤਾਂ ਤੁਹਾਨੂੰ ਪਤਾ ਹੋਣਾ ਜਿਹਦਾ 8 ਸਾਲ ਦਾ ਕ੍ਰਿਸਚਨ ਕੀ ਆ। ਪਲੂਸ ਕਹਿੰਦਾ, ਜਦੋਂ ਮੈਂ ਬੱਚਾ ਸੀ ਉਦੋਂ ਮੈਂ ਬੱਚਿਆਂ ਵਾਂਗੂ ਸੋਚਦਾ ਸੀ। ਤੁਸੀਂ ਬੱਚਾ ਕਿਹਨੂੰ ਕਹਿੰਦੇ? ਜਿਹੜਾ 1.5 ਮਹੀਨੇ ਦਾ ਵਿਸ਼ਵਾਸੀ ਆ। ਹਾਲੇਲੂਇਆ! ਇੱਥੇ ਕੋਈ 1.5 ਮਹੀਨੇ ਵਾਲਾ ਹੈਗਾ ਵਾ? ਮੈਂ ਕਿਹਾ ਇੱਥੇ ਕੋਈ 1.5 ਮਹੀਨੇ ਵਾਲਾ ਹੈਗਾ ਜਿਹੜਾ 1.5 ਮਹੀਨੇ ਤੋਂ ਚਰਚ ਆ ਰਿਹਾ? ਹਾਂਜੀ, ਕੋਈ 15 ਸਾਲ ਤੋਂ, ਕੋਈ 20 ਸਾਲ ਤੋਂ, ਕੋਈ ਬਚਪਨ ਤੋਂ, ਕੋਈ ਨਾਨੇ ਪੜਨਾਨੇ ਤੋਂ। ਤਾਂ ਪਰ ਪਤਾ ਹੈ ਇਹਦੇ ਕੋ ਪਤਾ ਹੈ ਨਹੀਂ, ਪਤਾ ਨਹੀਂ। ਅੰਨੇ ਜਾਤੀ ਕਿਉਂ ਗਾੜੀ ਵਧਦੀ ਆ? ਕਿਉਂਕਿ ਪ੍ਰਭੂ ਦੇ ਬੀਜ ਦੀ ਕੀਮਤ ਨੂੰ ਕੀ ਕਰਦੀ ਏ? ਮਾਰੋ ਤਾਲੀਆਂ ਆਪਣੇ ਦੇ। ਹਾਂਜੀ, ਅੱਗੇ ਅੱਗੇ, ਨੈਕਸਟ ਨੈਕਸਟ, ਜਲਦੀ ਜਲਦੀ ਚਲ, ਰੈਡੀ ਰਿਹਾ ਕਰੋ। ਸਿਸਟਰ ਦਾ ਨਾਮ ਕੁਲਵੰਤ ਕੌਰ, ਪਿੰਡ ਨਾਕਲਾ। ਇਹਨਾਂ ਦੀ ਗਵਾਹੀ, ਇਹਨਾਂ ਦੇ ਜੀਵਨ ਦੀ ਗਵਾਹੀ ਇਹਨਾਂ ਦੇ ਬੇਟੇ ਦੀ ਆ। ਇਹਨਾਂ ਦੇ ਬੇਟੇ ਦੀ ਪੰਡੋਰੀ ਆਰਿਆਂ ਦੇ ਲਾਗੇ ਸਾਈਕਲਾਂ ਦੀ ਦੁਕਾਨ ਸੀ, ਔਰ ਸਾਈਕਲ ਦੀ ਦੁਕਾਨ ਇਹਨਾਂ ਦਾ ਬੇਟਾ ਗਿਆ। ਉੱਥੇ ਪੰਡੋਰੀ ਦੇ ਕੁਝ ਛੋਟੇ ਬੱਚੇ ਸੀ, ਕੋਈ 10-10 ਸਾਲ ਦੇ। ਉਹਨਾਂ ਨੇ ਲਾਗੇ ਕੋਠੀ ਦੇ ਵਿੱਚੋਂ ਸਾਈਕਲ ਚੋਰੀ ਕੀਤਾ ਔਰ ਇਹਨਾਂ ਦੀ ਬੇਟੀ ਦੀ ਦੁਕਾਨ 'ਤੇ ਲੈ ਕੇ ਆਏ ਕਿ ਸਾਨੂੰ ਕੀ ਕਰ, ਕਾਠੀ ਪਾ ਦੇ। ਇਹਨਾਂ ਦੇ ਬੇਟੇ ਨੂੰ ਨਹੀਂ ਸੀ ਪਤਾ ਕਿ ਸਾਈਕਲ ਜਿਹੜਾ ਚੋਰੀ ਦਾ ਹੈ। ਜਦ ਕੋਠੀ ਵਾਲਿਆਂ ਨੇ
ਕੈਮਰਾ ਚੈੱਕ ਕੀਤਾ ਤੇ ਕੈਮਰੇ ਦੇ ਵਿੱਚ ਬੱਚਿਆਂ ਦੀਆਂ ਫੋਟੋਆਂ ਆਈਆਂ। ਉਹ ਬੱਚੇ ਦੁਕਾਨ ਤੇ ਸੀ ਔਰ ਬੱਚੇ ਪੁਲਿਸ ਆਈ ਔਰ ਇਹਨਾਂ ਦੇ ਬੱਚਿਆਂ ਨੂੰ ਵੀ ਲੈ ਗਏ ਔਰ ਇਹਨਾਂ ਦੇ ਬੇਟੇ ਦਾ ਬੇਟੇ ਨੂੰ ਲੈ ਗਏ ਔਰ ਦੁਕਾਨ ਦੇ ਉੱਤੋਂ ਉਹ ਸਾਈਕਲ ਤੇ ਖੜਿਆ ਸੀ, ਨਾਲ 10-12 ਹੋਰ ਸਾਈਕਲ ਵੀ ਚੁੱਕ ਕੇ ਲੈ ਗਏ। ਉਹਦਾ ਫੋਨ ਵੀ ਲੈ ਗਏ, ਉਹਦੀ ਜੋ ਦੁਕਾਨ ਦੇ ਵਿੱਚ 1200 ਰੁਪਇਆ ਸੀ ਉਹ ਵੀ ਕੱਢ ਕੇ ਲੈ ਗਏ। ਇਹ ਬਹੁਤ ਪਰੇਸ਼ਾਨ ਸੀ। ਇਹਨਾਂ ਪਰਮੇਸ਼ਵਰ ਦੇ ਦਾਸਾਂ ਨੂੰ ਫੋਨ ਕੀਤਾ, ਪਰਮੇਸ਼ਵਰ ਦੇ ਦਾਸਾਂ ਨੇ ਇਹਨਾਂ ਨੂੰ ਬੋਲਿਆ ਕੋਈ ਗੱਲ ਨਹੀਂ, ਚਿੰਤਾ ਨਾ ਕਰੋ, ਸ਼ਾਮ ਤੱਕ ਸਾਰਾ ਨਿਬੜ ਜਾਏਗਾ ਔਰ ਬੇਟਾ ਤੁਹਾਡਾ ਵਾਪਸ ਆ ਜਾਏਗਾ। ਜੋ ਪਰਮੇਸ਼ਵਰ ਦੇ ਦਾਸਾਂ ਨੇ ਬੋਲਿਆ, ਪਰਮੇਸ਼ਵਰ ਨੇ ਉਹਨਾਂ ਲੋਕਾਂ ਨੂੰ ਵਰਦਾਨ ਦਿੱਤਾ, ਉਹ ਪੂਰਾ ਹੋਇਆ ਕਿ ਨਹੀਂ ਹੋਇਆ? ਉਹਨਾਂ ਵਰਦਾਨ ਨੂੰ ਪਰਮੇਸ਼ਵਰ ਨੇ ਪੂਰਾ ਕੀਤਾ। ਸ਼ਾਮ ਨੂੰ ਇਹਨਾਂ ਦਾ ਬੇਟਾ ਵਾਪਸ ਸਾਰਾ ਕੁਝ ਨਿਬੜ ਗਿਆ, ਘਰ ਆ ਗਿਆ ਔਰ ਜੋ ਸਾਈਕਲ ਲੈ ਕੇ ਗਏ ਸੀ 10-12 ਉਹ ਸਾਈਕਲ ਵੀ ਉਹਨੂੰ ਮੋੜ ਦਿੱਤੇ ਔਰ ਪੈਸੇ ਵੀ ਮੋੜ ਦਿੱਤੇ, ਫੋਨ ਵੀ ਮੋੜ ਦਿੱਤਾ, ਸਾਰਾ ਕੁਝ ਵਧੀਆ ਹੋਇਆ। ਬੱਚੇ ਜਿਹੜੇ ਸੀ ਉਹ ਵੀ ਛੁੱਟ ਗਏ। ਇਸ ਵੱਡੀ ਕਿਰਪਾ ਲਈ ਆਪਣੇ ਦਾਸਾਂ ਦਾ, ਆਪਣੇ ਪਰਮੇਸ਼ਵਰ ਦਾ ਦਿਲ ਤੋਂ ਥੈਂਕਸ ਕਰਦੇ ਹਾਂ। ਸਭ ਭੈਣ ਭਾਈ ਜੋਰ ਦੀ ਤਾਰੀਫ ਕਰਦੇ ਹਾਂ। ਯਿਸੂ ਕਹਿਣਾ ਤੇਰੀ ਮੈਂ ਗਾਵਾਂ ਨੱਚੀ ਨੱਚੀ ਕੇ, ਯਿਸੂ ਗਾਵਾਂ ਨੱਚੀ ਨੱਚੀ ਕੇ, ਯਿਸੂ ਗਾਵਾਂ ਭਗਤੀ ਤੇਰੀ ਮੈਂ ਗਾਵਾਂ ਨੱਚੀ ਨੱਚੀ ਕੇ। ਪਤੀ ਆਪਾਂ 12 ਦੀ 3 ਐਤ ਪੜ੍ਹਦੇ, ਉਹਦੇ ਵਿੱਚ ਕੀ ਲਿਖਿਆ ਵਾ ਜਿਹੜੇ ਰੋਜ਼ ਬਾਈਬਲ ਪੜ੍ਹਦੇ ਆ? ਉਤਪਤ ਉਹਦੇ 2, ਉਹਦੀ 12, ਉਹਦੀ 3 ਐਤ ਕੀ ਲਿਖਿਆ ਦੇਖ ਲਓ। ਤੁਸੀਂ ਰੋਜ਼ ਬਾਈਬਲ ਪੜ੍ਹਦੇ, ਕੀ ਪੜ੍ਹਦੇ ਜੇ ਬਾਈਬਲ ਦੇ ਵਿੱਚੋਂ? ਉਹ ਕਿਤਾਬ ਵਾਂਗੂ ਤਾਂ ਨਹੀਂ ਪੜ੍ਹੀ ਜਾਂਦੇ, ਤਾਂ ਜੀ ਐਂ ਫਲਾਣ ਢੀਕ ਦੇ, ਚਲੋ ਜੀ ਅਗਲਾ ਦਲ ਐਂ ਜੀ ਹੈ। ਇਹ ਕੀ ਹੈ? ਇੱਕ ਵਰਡ ਪੜ੍ਹਨਾ, ਉਹਦੀ ਇੱਕ ਲਾਈਨ ਪੜ੍ਹ ਕੇ ਉਹਨੂੰ ਸਮਝਣਾ, ਆਪਾਂ ਅਮਲ ਕਰਨਾ। ਜਦੋਂ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਕੀ ਪੜ੍ਹ ਰਹੇ ਵੀ ਫਿਰ ਬਾਈਬਲ ਦੇ ਵਿੱਚ ਲਿਖਿਆ। ਜਦੋਂ ਉਤਪਤੀ 12 ਤੋਂ ਉਹਦੀ ਆਪਾਂ 3 ਨੰਬਰ ਐਤ ਪੜ੍ਹਦੇ ਹਾਂ, ਬਚਨ 'ਚ ਲਿਖਿਆ ਪ੍ਰਭੂ ਨੇ ਅਬਰਾਹਮ ਨੂੰ ਕੀ ਵਾਅਦਾ ਕੀਤਾ ਸੀ ਕਿ ਜਿਹੜਾ ਤੈਨੂੰ ਤੁੱਛ ਜਾਣੇਗਾ ਉਹਨੂੰ ਮੈਂ ਕੀ ਦੇਵਾਂਗਾ, ਜਿਹੜਾ ਤੈਨੂੰ ਆਸ਼ੀਸ਼ਿਤ ਕਰੇਗਾ, ਜਿਹੜਾ ਤੇਰੇ ਲਈ ਬਰਕਤ ਦੀ ਪ੍ਰੇਰ ਕਰੇਗਾ ਉਹਨੂੰ ਮੈਂ ਬਰਕਤ ਕੀ ਕਰਾਂਗਾ। ਤਾਂ ਫਿਰ ਦੋਵੇਂ ਚੀਜ਼ਾਂ ਕਿੱਥੇ ਆ? ਹਾਂਜੀ ਕੋ ਸਮਝ ਸਮਝ ਸਾਡੀ ਕਲੀਸਿਆ ਨੂੰ ਮਾਸਾ ਸਮਝ ਨਹੀਂ ਹੈਗੀ। ਬਸ ਵਿਚਾਰੇ ਇੰਨਾ ਡਿੱਗਦੇ ਡੰਡੇ ਆਉਣਾ, ਡਿੱਗਦੇ ਡੰਡੇ ਫਿਰ ਘਰ ਚਲ ਜਾਣਾ, ਰਾਤ ਨੂੰ ਫਿਰ ਦਾਬਾ ਪੈਣਾ, ਹੈ ਜਾਂ ਜਾਂਦਾ ਕਹਿਣਾ ਬਾਹਰ ਠੀਕ ਰਹੇ ਨਹੀਂ, ਘਰ ਵੜਦੇ ਆ ਸਾਰੀ ਪਸਟੀ ਫਿਰ ਫੜ ਲੈਂਦਾ ਸ਼ੈਤਾਨ। ਕਿਉਂ ਫੜ ਲੈਂਦਾ? ਅੰਦਰ ਕੀ ਹੈ? ਅੰਦਰ ਕੀ ਆ? ਖਾਲੀ ਆ। ਤੇ ਜਿੱਥੇ ਖਾਲੀ ਆ ਉੱਥੇ ਕਿਸੇ ਨਾ ਕਿਸੇ ਨੇ ਆਣ ਕੇ ਰਹਿਣਾ ਹੀ। ਤਾਂ ਫਿਰ ਆਪ ਸੋਚੋ ਤੁਸੀਂ, ਮੈਂ ਤੁਹਾਨੂੰ ਬਾਰ ਬਾਰ ਕਹਿੰਦਾ ਇਹ ਚਰਚ ਜਿਹੜਾ ਉਹਨਾਂ ਲੋਕਾਂ ਲਈ ਹੈ ਜਿਹੜੇ ਲੋਕ ਮਿਹਨਤੀ ਹੈ, ਕਿਉਂਕਿ ਮੈਂ ਖੁਦ ਮਿਹਨਤ ਕਰਦਾ। ਅੱਜ ਮੇਰੇ ਬਲੈਸ ਹੋਣ ਦਾ ਕਾਰਨ ਲੋਕ ਨਹੀਂ ਆ, ਮੇਰੇ ਬਲੈਸ ਹੋਣ ਦਾ ਕਾਰਨ ਮੇਰੇ ਖੁਦਾ ਦਾ ਵਚਨ ਹੈ ਜਿਹਨੇ ਲੋਕ ਸੁਣਦੇ। ਜਿਹੜੀ ਤੁਸੀਂ ਗਵਾਹੀ ਇਸ ਜਗ੍ਹਾ 'ਤੇ ਕਰਵਾ ਰਹੇ ਨਾ, ਉਹ ਸਿਸਟਰ ਨੂੰ ਜਦੋਂ ਮੈਂ ਬੋਲਿਆ ਕਿ ਜਾ ਤੇਰਾ ਬੱਚਾ ਆ ਜਾਣਾ ਵਾਪਸ, ਨਹੀਂ ਇਹ ਵੋਟ ਕਿਹਨੇ ਦਿੱਤਾ? ਮੈਂ ਨਹੀਂ, ਪ੍ਰਭੂ ਨੇ। ਸਮਝ ਆਈ ਕਿ ਨਹੀਂ ਆਈ? ਜੇ ਤਾਂ ਤੁਸੀਂ ਪਰਮੇਸ਼ਵਰ ਦੇ ਲੋਕ ਜੇ, ਤਾਂ ਫਿਰ ਜਿਹੜਾ ਤੁਹਾਡੇ ਮੂੰਹ 'ਚੋਂ ਸ਼ਬਦ ਨਿਕਲ ਗਿਆ ਉਸ ਵੇਲੇ ਪੂਰਾ ਕੀ ਹੈ? ਇਸਰਾਇਲੀਆਂ ਨੇ ਮੂਸਾ ਦੇ ਕੋਲ ਇੱਕ ਸਵਾਲ ਪੁੱਛਿਆ ਕਿ ਖੁਦਾ ਦੇ ਦਾਸ ਸਾਨੂੰ ਦੱਸ, ਸਾਨੂੰ ਕਿੱਦਾਂ ਪਤਾ ਲੱਗੂ ਪ੍ਰਭੂ ਦੀ ਆਵਾਜ਼ ਆ? ਕਿੰਨੇ ਲੋਕਾਂ ਨੇ ਇਸ ਵਚਨ ਦੇ ਬਾਰੇ ਪਤਾ? ਇੱਕ ਹੱਥ ਖੜਾ, ਦੋ ਹੱਥ ਖੜੇ, ਹੋਰ ਕੋਈ? ਹੋਰ ਕਿਸੇ ਨੂੰ ਨਹੀਂ ਪਤਾ? ਤੁਸੀਂ ਕੀ ਡੀਗ ਰਹੇ ਜੇ? ਕੌਣ ਲੈਣ ਆ ਰਿਹਾ ਤੁਹਾਨੂੰ? ਮੂਸਾ ਨੂੰ ਪਰਮੇਸ਼ਵਰ ਨੇ ਬੋਲਿਆ, ਮੂਸਾ ਨੇ ਬੋਲਿਆ ਕਲੀਸਿਆ ਨੂੰ, ਮੂਸਾ ਨੇ ਕਿਹਾ ਕਿ ਜੇ ਤੇ ਜਿਹੜੀ ਗੱਲ ਪੂਰੀ ਹੋ ਜੇ, ਸਮਝ ਲਓ ਪ੍ਰਭੂ ਬੋਲਿਆ
ਸੀ ਤੇ ਜਿਹੜੀ ਨਾ ਆਵੇ ਸਮਝ ਲਓ ਪ੍ਰਭੂ ਬੋਲਿਆ ਹੀ ਕਿਹਨੇ ਲੋਕਾਂ ਨਾਲ ਸਮਝ ਲੱਗੀ ਅੱਛਾ ਏਦਾਂ ਬੋਲਦਾ ਪ੍ਰਭੂ ਹਾਂਜੀ ਏਦਾਂ ਬੋਲਦਾ ਨਾਗਾ ਜੀ ਬੋਲਦਾ ਹਾਂਜੀ ਨਾਗਾ ਜੀ ਵੀ ਬੋਲਦਾ ਅੱਗੇ ਨਵੇਂ ਪਿੰਡ ਵੀ ਬੋਲਦਾ ਜਿੱਥੇ ਜਿੱਥੇ ਉਹਦਾ ਵਚਨ ਖੋਲਦਾ ਸੱਚਾਈ ਨਾ ਪ੍ਰਭੂ ਉੱਥੇ ਕੀ ਕਰਦਾ ਹੈ ਬੋਲਦਾ ਬੋਲਦਾ ਮੇਰਾ ਹੁਣ ਸਮਝ ਆਈ ਨੀ ਜਿਹੜਾ ਸ਼ਬਦ ਮੂੰਹ ਚੋਂ ਨਿਕਲ ਗਿਆ ਪੂਰਾ ਸਾਡੇ ਦਾਸ ਵੱਡੇ ਜਿਹੜਾ ਵਰਡ ਬੋਲਦੇ ਆ ਪੂਰਾ ਹੁੰਦਾ ਹੈ ਕਿਉਂਕਿ ਜ਼ਬੂਰ 25 ਦੀ 3 ਐਚ ਕੇ ਲਿਖਿਆ ਕਿਹਨੇ ਲੋਕਾਂ ਨੂੰ ਪਤਾ ਜ਼ਬੂਰ 25 ਬਦਨ ਸਹਿਤਾ 25 ਬਦਨ ਸਹਿਤਾ 25 ਉਹਦੀ ਥਰਡ ਤੀਸਰੀ ਐਚ ਕੀ ਲਿਖਿਆ ਕਿਹਨੇ ਲੋਕਾਂ ਨੂੰ ਪਤਾ ਹਾਂਜੀ ਤਾਂ ਇਹ ਤੁਹਾਡੀ ਜਗ੍ਹਾ ਹੈ ਇੱਥੇ ਆ ਤੇ ਮੇਰੀ ਜਗ੍ਹਾ ਕਿੰਨਾ ਕੁ ਬੋਝ ਤੁਹਾਡੇ 1 ਲੱਖ ਦੀ ਕਿਸ਼ਤ ਜੋ ਉਤਾਰ ਦਿਓ ਤੁਹਾਨੂੰ 1 ਲੱਖ ਦੀ ਕਿਸ਼ਤ ਹੈਗੀ ਨਾ ਤੁਸੀਂ ਚਰਚ ਪੁੱਛ ਹੈ ਚਰਚ ਇੱਥੇ ਆ ਕਿੱਥੇ ਆ ਗਿਆ ਆਪਾਂ ਹੈ ਦਿਮਾਗ ਖਿੱਲ ਜਾਣਾ ਵਾ ਪਰ ਮੈਨੂੰ ਪ੍ਰਭੂ ਨੇ ਅੱਗੇ ਵੱਲ ਬੋਲੀ ਟੈਨਸ਼ਨ ਨਹੀਂ ਲੈਣੀ ਬਸ ਦਿਆ ਤੇ ਮਾਫੀ ਕਰਦਾ ਜਾ ਤੇ ਅੱਗੇ ਵੱਧਦਾ ਮਾਰੋ ਤਾਲੀ ਜ਼ਬੂਰ 25 ਦੀ 3 ਚ ਲਿਖਿਆ ਜਿੰਨੇ ਮੈਨੂੰ ਤੱਕਦੇ ਕਦੀ ਵੀ ਸ਼ਰਮਿੰਦੇ ਕਿੰਨੇ ਲੋਕ ਤੱਕਦੇ ਜੇ ਜਿਹਨੂੰ ਐਤ ਦਾ ਨਹੀਂ ਪਤਾ ਤੱਕਦਾ ਕੀ ਹੋਏਗਾ ਲਗਾਤਾਰ ਬੱਚਿਆਂ ਵਾਸਤੇ ਪ੍ਰਾਰਥਨਾ ਕੀਤੀ ਤੇ ਪ੍ਰਭੂ ਦੀ ਮਹਾਨ ਕਿਰਪਾ ਹੀ ਜਦ ਬੱਚਿਆਂ ਦਾ ਰਿਜ਼ਲਟ ਆਇਆ ਤੇ ਬੱਚਾ ਦੋਨਾਂ ਦੇ ਬਹੁਤ ਵਧੀਆ ਨੰਬਰਾਂ ਚ ਬੱਚੇ ਪਾਸ ਹੋਏ ਇਸ ਵੱਡੀ ਕਿਰਪਾ ਲਈ ਆਪਣੇ ਦਾਸਾਂ ਦਾ ਆਪਣੇ ਪਰਮੇਸ਼ਵਰ ਦਾ ਦਿਲ ਤੋਂ ਥੈਂਕਸ ਕਰਦੇ ਆ ਸਭ ਭੈਣ ਭਾਈ ਜੋ ਦਾ ਤਾਰੀਫ ਕਰਾਂਗੇ ਆਮੀਨ ਕਿੰਨੇ ਲੋਕਾਂ ਨੂੰ ਸਮਝ ਆਈ ਆ ਕੀ ਹੋਏ ਨੇ ਬੱਚੇ ਰੁਕ ਜਾਓ ਬੱਚੇ ਪਾਸ ਹੋਏ ਨਾ ਸਭ ਤੋਂ ਪਹਿਲੀ ਗੱਲ ਵੇਖੋ ਜਿਹੜਾ ਬੰਦਾ ਖੁਦਾ ਦੀ ਹਜ਼ੂਰੀ ਨਾਲ ਜੁੜਿਆ ਉਹ ਬੈਸ ਪਿਆ ਸਮਝਦੇ ਕਿ ਨਹੀਂ ਕਿਉਂਕਿ ਦੇਖੋ ਇਹ ਭੈਣ ਚਰਚ ਨੂੰ ਸਪੋਰਟ ਕਰਦੀ ਹੈ ਜਿਹਦੇ ਕੋਲ ਖੁਦ ਆਪਣਾ ਘਰ ਨਹੀਂ ਕਿੰਨੇ ਲੋਕ ਸੁਣਦੇ ਨੇ ਹਿਲੋ ਜੇ ਸੁਣਦੇ ਇਹ ਭੈਣ ਕੋ ਆਪਣਾ ਘਰ ਨਹੀਂ ਆ ਪਰ ਫਿਰ ਵੀ ਚਰਚ ਨੂੰ ਕੀ ਕਰ ਰਹੀ ਹੈ ਹਾਲੇਲੂਇਆ ਸਪੋਰਟ ਕਰ ਰਹੀ ਹੈ ਤੂੰ ਦੇਖੋ ਜਦੋਂ ਤੁਸੀਂ ਪ੍ਰਭੂ ਦੇ ਵਚਨ ਦੇ ਮੁਤਾਬਕ ਚੱਲੋਗੇ ਨਾ ਤਾਂ ਬਾਈਬਲ ਦੇ ਵਿੱਚ ਕੀ ਲਿਖਿਆ ਧਰਮੀ ਦਾ ਵੰਸ਼ ਬਚਾਇਆ ਧਰਮੀ ਦਾ ਵੰਸ਼ ਕੀ ਹੈ ਤੋ ਬਾਈਬਲ ਚ ਲਿਖਿਆ ਤੁਹਾਡੇ ਬੱਚੇ ਕੀ ਹੋਣਗੇ ਧਰਤੀ ਦੇ ਕੀ ਹੋਣਗੇ ਬਲਵਾਨ ਹੋਣਗੇ ਕਿੰਨੇ ਲੋਕਾਂ ਨੂੰ ਪਤਾ ਕਿੱਥੇ ਲਿਖਿਆ ਹੈ ਬਚਨ ਸਹਿਤਾ 112 ਵੇਖ ਲਓ ਕਲੀਸਿਆ ਤੁਸੀਂ ਵਚਨ ਨੂੰ ਕਿਉਂ ਤੁਹਾਡੇ ਅੰਦਰ ਵਚਨ ਨਹੀਂ ਹੈਗਾ ਤੁਹਾਨੂੰ ਕਿਉਂ ਨਹੀਂ ਸਮਝ ਲੱਗਦੀ ਕਿਹੜਾ ਬੋਝ ਹੈ ਤੁਹਾਡੇ ਘਰ ਤੇ ਕੀ ਕਰਜ਼ਾ ਦੇਣਾ ਤੁਸੀਂ ਕਿਉਂ ਨਹੀਂ ਯਾਦ ਰੱਖਦੇ ਅੱਜ ਤੇ ਥੋੜੀ ਜਿਹੀ ਝਿੜਕ ਪੈਂਦੀ ਜਦੋਂ ਪਰਮੇਸ਼ਵਰ ਆ ਗਿਆ ਉਦੋਂ ਕੀ ਬਣੂਗਾ ਤੁਹਾਨੂੰ ਛੱਡ ਜਾਣਾ ਯਿਸੂ ਨੇ ਤੁਹਾਨੂੰ ਲੈਣ ਨਹੀਂ ਆਉਣਾ ਪ੍ਰਭੂ ਯਿਸੂ ਕਿੰਨਾਂ ਨੂੰ ਲੈਣ ਵਾਸਤੇ ਆ ਰਿਹਾ ਜਿਹੜੇ ਉਹਦੀ ਤਿਆਰੀ ਦੇ ਵਿੱਚ ਆ ਜਿਹੜੇ ਕਿ ਸ਼ਾਮ ਦੀ ਤਿਆਰੀ ਦੇ ਵਿੱਚ ਆ ਕਿੰਨੇ ਲੋਕ ਸੁਣਦੇ ਤੁਹਾਨੂੰ ਕਿਸੇ ਵਰਡ ਦੀ ਸਮਝ ਨਹੀਂ ਲੱਗਣ ਦੀ ਤੁਸੀਂ ਚਰਚ ਤੇ ਜ਼ਰੂਰ ਆਉਂਦੇ ਪਰ ਤੁਹਾਡਾ ਮਨ ਇੱਥੇ ਨਹੀਂ ਆ ਇੱਥੇ ਤੁਹਾਡਾ ਮਨ ਨਹੀਂ ਆ ਮਨ ਤੁਹਾਡਾ ਬਦਲ ਕਿੱਥੇ ਆ ਹਰ ਇੱਕ ਚੀਜ਼ ਤੁਹਾਡੀ ਮੈਂ ਤੁਹਾਨੂੰ ਕਿੰਨੀ ਵਾਰ ਕਹਿਣਾ ਹਰ ਤੁਹਾਡਾ ਸ਼ਬਦ ਬਾਈਬਲ ਦੇ ਵਿੱਚ ਹੋਣਾ ਕੀ ਹੈ ਹੁਣ ਵੇਖੋ ਸਿਸਟਰ ਜਿਹੜੀ ਆ ਇਹ ਬੀਜ ਦਿੰਦੀ ਵਿਸ਼ਵਾਸ ਨਾਲ ਵਚਨ ਸੁਣ ਕੇ ਕਿ ਜੇ ਮੈਂ ਦੇਵਾਂਗੀ ਇੱਕ ਦਿਨ ਖੁਦਾ ਮੇਰੇ ਲਈ ਘਰ ਮੈਨੂੰ ਕੀ ਕਰੇਗਾ ਜ਼ਬੂਰ 113 ਜਦੋਂ ਦੀ ਆਪਾਂ 7 ਨੰਬਰ ਐਤ ਪੜ੍ਹਦੇ ਕਿੰਨੇ ਲੋਕਾਂ ਨੇ ਪੜ੍ਹਿਆ 6 ਔਰ 7 ਲਿਖੋ ਗਰੀਬ ਨੂੰ ਖਾਕ ਵਿੱਚੋਂ ਕੀ ਕਰਦਾ ਖਾਕ ਮਿੱਟੀ ਚੋਂ ਉਹ ਗਰੀਬ ਨੂੰ ਮਿੱਟੀ ਚੋਂ ਚੁੱਕ ਕੇ ਰੂੜੀ ਤੋਂ ਚੁੱਕਦਾ ਤੁਹਾਨੂੰ ਪਤਵੰਤਾ ਵਿੱਚ ਕੀ ਕਰਦਾ ਤੁਹਾਡਾ ਟਾਈਟਲ ਕੀ ਹੈ ਰੂੜੀ ਤੋਂ
ਚੁੱਕਣ ਵਾਲਾ ਕਿੰਨੇ ਲੋਕਾਂ ਨੇ ਇਹ ਵਚਨ ਪੜਿਆ। ਜਬੂਰ 127 ਵੀ ਕਿੰਨੇ ਲੋਕਾਂ ਪੜਿਆ। ਲਿਖਿਆ ਜਦ ਤੱਕ ਯਹਾਵਾ ਹੀ ਨਾ ਘਰ ਬਣਾਵੇ ਤੇ ਬਣਾਉਣ ਵਾਲੇ ਦੀ ਮਿਹਨਤ ਕੀ ਏ? ਤੇ ਰਾਖੀ ਵੀ ਤੁਸੀਂ ਨਹੀਂ ਕਰ ਸਕਦੇ, ਉਹ ਰਾਖੀ ਕਰਦਾ। ਜਦੋਂ ਰਾਤ ਨੂੰ ਸੌਂਦੇ ਉਦੋਂ ਤੁਹਾਡੀ ਰਾਖੀ ਕੌਣ ਕਰਦਾ? ਹੈ ਕਿੰਨਿਆਂ ਦੀ? ਪਰਮੇਸ਼ਰ ਕਰਦਾ। ਕਈਆਂ ਦੀ ਤੇ ਫੋਨ ਰਾਖੀ ਕਰਦਾ ਨਾ, ਰਾਤ ਨੂੰ ਫੋਨ ਤੇ ਵੇਖਦੇ, ਫੋਨ ਵਿਚਾਰਾ ਰਾਖੀ ਕਰਨ ਡਿਆ ਉਹਨਾਂ ਦੀ। ਮੇਰੇ ਜੀਜੋ, ਆਪਣੇ ਘਰਾਂ ਲਈ ਸੀਰੀਅਸ ਹੋ, ਪ੍ਰੇਅਰ ਚ ਰਹੋ, ਫਾਸਟਿੰਗ ਚ ਰਹੋ, ਮਿਹਨਤ ਕਰੋ, ਵਧੋ। ਹਰ ਸਾਲ 24 ਚੜ ਗਿਆ, 24 ਚ ਤੁਸੀਂ ਕਿੰਨੇ ਜ਼ਬਰਦਸਤ ਹੋਣੇ ਚਾਹੀਦੇ ਸੀ। ਜੇ ਤੁਸੀਂ ਨਹੀਂ ਘਰ ਕੁਝ ਕਰੋਗੇ, ਲਾਦ ਕਦੀ ਨਹੀਂ ਕਰੇਗੀ। ਜੋ ਕੁਝ ਤੁਸੀਂ ਘਰ ਕਰੋਗੇ, ਤੁਹਾਡੇ ਬੱਚੇ ਸੇਮ ਉਹੀ ਕਰਨਗੇ। ਕਰਨਗੇ ਕਿ ਨਹੀਂ ਕਰਨਗੇ? ਬਸ ਫਿਰ ਆਪ ਕਰੋ, ਇਹ ਵੀ ਕਰਨਗੇ। ਹੁਣ ਇਹ ਸਿਸਟਰ ਦੇ ਬੱਚੇ ਵੇਖੋ, ਵਧੀਆ ਨੰਬਰ ਲੈ ਕੇ ਪਾਸ ਹੋਏ ਆ, ਕਿਉਂਕਿ ਜਿੰਨੇ ਵੀ ਭੈਣ ਭਰਾ ਚਰਚ ਦੇ ਨਾਲ ਜੁੜੇ ਆ, ਹਰ ਪਰਿਵਾਰ ਦੀ ਪ੍ਰੇਅਰ ਹੁੰਦੀ ਆ। ਤੇ ਸਮਝ ਲਓ ਉਹਨਾਂ ਦੇ ਪਿੱਛੇ ਜੈਕ ਲੱਗਾ, ਔਰ ਜੈਕ ਹੀ ਤੁਹਾਨੂੰ ਅਗਲੇ ਬੰਨੇ ਲੈ ਕੇ ਕੀ ਕਰ ਰਿਹਾ? ਜ਼ੋਰ ਦੀ ਤਾਰੀਫ ਕਰੋ ਬ੍ਰਦਰ, ਬਲੈਸਿੰਗ ਦੇ ਵਾਸਤੇ। ਹਾਂਜੀ, ਨੈਕਸਟ ਨੈਕਸਟ, ਜਲਦੀ ਕਰੋ ਜਲਦੀ। ਕਮਲਜੀਤ ਕੌਰ ਪਿੰਡ ਹਰੀਆਂ, ਇਹਨਾਂ ਦੇ ਜੀਵਨ ਦੀ ਗਵਾਹੀ ਕਿ ਇੱਕ ਸਾਲ ਹੋ ਗਿਆ ਇਹਨਾਂ ਦੀ ਪੁਰਾਣੀ ਫਰਿੱਜ ਸੀ ਔਰ ਇਹਨਾਂ ਨੇ ਵੇਚ ਦਿੱਤੀ ਦੁਬਾਰਾ। ਉਸ ਤੋਂ ਬਾਅਦ ਇਹਨਾਂ ਕੋਲ ਫਰਿੱਜ ਨਹੀਂ ਸੀ ਲਈ ਗਈ। ਇਹ ਸ਼ੁੱਕਰਵਾਰ ਨੂੰ ਪ੍ਰਭੂ ਦੇ ਦਾਸ ਪਿੰਡ ਹਰੀਆਂ ਗਏ, ਉੱਥੇ ਉਹਨਾਂ ਭੈਣ ਜਗੀਰਾ ਦੇ ਘਰੇ ਪ੍ਰਾਰਥਨਾ ਕੀਤੀ ਕਿ ਤੁਹਾਨੂੰ ਫਰਿੱਜ ਮਿਲਣ ਵਾਸਤੇ ਜਾ ਰਹੀ। ਇਹਨਾਂ ਬੜੇ ਵਿਸ਼ਵਾਸ ਦੇ ਨਾਲ ਰਿਸੀਵ ਕੀਤਾ ਔਰ ਉਸੇ ਸ਼ਾਮ ਹੀ 7 ਵਜੇ ਪਰਮੇਸ਼ਵਰ ਨੇ ਇਹਨਾਂ ਨੂੰ ਨਵੀਂ ਫਰਿੱਜ ਦੇ ਨਾਲ ਬਲੈਸ ਕੀਤਾ। ਇਸ ਆਸ਼ੀਸ਼ ਲਈ ਆਪਣੇ ਦਾਸਾਂ ਦਾ, ਆਪਣੇ ਪਰਮੇਸ਼ਵਰ ਦਾ ਦਿਲ ਤੋਂ ਥੈਂਕਸ ਕਰਦੇ ਹਾਂ। ਸਭ ਭੈਣ ਭਾਈ ਜੋਧਾ ਤਾਰੀਫ ਕਰਾਂਗੇ, ਜ਼ੋਰ ਦੀ ਤਾਰੀਫ ਕਰੋ ਪਰਮੇਸ਼ਵਰ ਦੀ ਬਲੈਸਿੰਗ ਦੇ ਵਾਸਤੇ, ਜ਼ੋਰ ਦੀ ਤਾਰੀਫ। ਪਰੇਸ਼ਾਨੀ ਸੀ, ਡਾਕਟਰ ਦੇ ਕੋਲ ਗਏ ਔਰ ਇਹ ਦਵਾਈ ਲੈਣ ਵਾਸਤੇ ਜਦ ਡਾਕਟਰ ਦੇ ਕੋਲ ਗਏ, ਇਹ ਥੋੜੇ ਪੈਸੇ ਲੈ ਕੇ ਗਏ ਔਰ ਡਾਕਟਰ ਨੇ ਇਹਨਾਂ ਨੂੰ ਬੋਲਿਆ ਕਿ ਇਹਨਾਂ 20 ਰੁਪਿਆਂ ਦੇ ਨਾਲ ਗੁਜ਼ਾਰਾ ਨਹੀਂ ਚੱਲਣਾ, 500-500 ਦੇ ਨੋਟ ਲੈ ਕੇ ਆਓ, ਇਹ ਪ੍ਰੋਬਲਮ ਬਹੁਤ ਜ਼ਿਆਦਾ ਵੱਡੀ ਹੈ, ਓਪਰੇਟ ਕਰਨਾ ਪੈਣਾ ਵਾ। ਇਹਨਾਂ ਨੇ ਘਰ ਆਣ ਕੇ ਦਵਾਈ ਸਾਈਡ 'ਤੇ ਰੱਖ ਕੇ ਪਰਮੇਸ਼ਵਰ ਦੀ ਦਾਸੀ ਨੂੰ ਫੋਨ ਲਾਇਆ। ਬ੍ਰਦਰ ਨੇ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ, ਗੁੱਟਨੇ ਟੇਕੇ ਔਰ ਪ੍ਰਾਰਥਨਾ ਕੀਤੀ ਕਿ ਪਰਮੇਸ਼ਵਰ ਸਾਡਾ ਡਾਕਟਰ ਤੂੰ ਹੈ, ਸਾਡਾ ਓਪਰੇਟ ਪ੍ਰਭੂ ਯਸ਼ੂ ਕਰੂਗਾ, ਅਸੀਂ ਕਿਤੇ ਓਪਰੇਟ ਨਹੀਂ ਕਰਵਾਉਣਾ। ਜਦ ਪਰਮੇਸ਼ਵਰ ਦੀ ਦਾਸੀ ਨੇ ਪ੍ਰਾਰਥਨਾ ਕੀਤੀ, ਆਪ ਇਹਨਾਂ ਪ੍ਰਾਰਥਨਾ ਕੀਤੀ ਅਤੇ ਪ੍ਰਭੂ ਦੀ ਮਹਾਨ ਕਿਰਪਾ ਹੀ, ਉਸੇ 2 ਦਿਨ ਬਾਅਦ ਹੀ ਪਰਮੇਸ਼ਵਰ ਨੇ ਵੱਡਾ ਕੰਮ ਕੀਤਾ। ਜੋ ਹਰਨੀਆਂ ਦੀ ਪ੍ਰੋਬਲਮ ਸੀ, ਉਸੇ ਦਿਨ ਹੀ ਬੱਚੇ ਦੀ ਨਲਾਂ ਦੀ ਜਿਹੜੀ ਸੋਜ਼ ਹੀ ਖਤਮ ਹੋ ਗਈ। ਉਸ ਦਿਨ ਤੋਂ ਲੈ ਕੇ ਬੱਚੇ ਦੇ ਦੁਬਾਰਾ ਦਰਦ ਹੋਈ ਨਾ ਨਾਲ ਸੁਜੇ। ਇਸ ਵੱਡੀ ਹੀ ਨਹੀਂ, ਆਪਣੇ ਦਾਸਾਂ ਦਾ, ਆਪਣੇ ਪਰਮੇਸ਼ਵਰ ਦਾ ਦਿਲ ਤੋਂ ਥੈਂਕਸ ਕਰਦੇ ਹਾਂ। ਸਭ ਭੈਣ ਭਾਈ ਜੋ ਦਾ ਤਾਰੀਫ ਕਰਾਂਗੇ, ਆਮੇਨ। ਹਾਲੇਲੂਯਾ, ਕਿੰਨੇ ਲੋਕਾਂ ਨੂੰ ਸਮਝ ਲੱਗੀ ਆ? ਹੁਣ ਸਮਝ ਆਈ? ਡਾਕਟਰ ਦੀ ਦਵਾਈ ਵੀ ਨਹੀਂ ਲਈ, ਓਨਲੀ ਸੇਵਾ ਲਈ ਜੀਸਸ। ਸਭ ਆਪਣੇ ਹੱਥ ਖੜੇ ਕਰੋ, ਡਾਕਟਰ ਜੀਸਸ ਦਾ ਧੰਨਵਾਦ ਕਰੋ। ਥੈਂਕ ਯੂ ਡਾਕਟਰ ਜੀਸਸ, ਬੋਲ ਲੈ ਜਾਓ, ਬੋਲੋ ਬੋਲੋ ਬੋਲੋ। ਐਡੀ ਵੱਡੀ ਹਰਨੀਆਂ ਦੀ ਪ੍ਰੋਬਲਮ ਤੋਂ ਪਰਮੇਸ਼ਵਰ ਨੇ ਛੁਟਕਾਰਾ ਦਿੱਤਾ, ਖੁਦਾ ਦੀ ਦਾਸੀ ਦੀ ਪ੍ਰੇਰ ਦੇ ਦੁਆਰਾ। ਹਾਂ, ਥੈਂਕ ਯੂ ਜੀਸਸ, ਬੋਲੋ। ਅੱਛਾ ਵਾਲਾ, ਤਾਰੀਫ ਕਰੋ ਜ਼ੋਰ ਦੇ ਨਾਲ। ਖੂਬ ਵੱਡੀ ਵੱਡੀ ਕਮੀ ਕਰ ਜੀਦਾ, ਖੂਬ ਵੱਡੀ ਵੱਡੀ ਕਮੀ ਕਰ ਜੀਦਾ। ਆਈ
ਮੈਡੀਸਨ ਰੱਖਤੀ ਔਰ ਖੁਦਾ ਦੀ ਦਾਸੀ ਨੇ ਪ੍ਰੇਅਰ ਕੀਤੀ ਆ, ਉਸੇ ਵੇਲੇ ਸ਼ੈਤਾਨ ਦਾ ਮੂੰਹ ਸ਼ਰਮਿੰਦਾ ਕੀ ਹੈ? ਤੂੰ ਵੱਡੇ ਵੱਡੇ ਜਿਹਦੇ ਘਰ ਦੇ ਵਿੱਚ ਬੰਦਾ ਸੁੱਕਾ ਹੀ ਹੋਸਪਿਟਲ ਚੋਂ ਨਿਕਲਿਆ ਤੇ ਵੱਡਾ ਕੰਮ ਨੀ ਹੈ, ਨਹੀਂ ਤੇ ਖੂਹ ਚ ਡਿੱਗੀ ਇੱਟ ਕਦੀ ਸੁੱਕੀ ਨਿਕਲਦੀ ਆ? ਹੋਸਪਿਟਲ ਦੀ ਤੇ ਖਾਸ ਕਰਕੇ ਨੀ ਨਿਕਲਦੀ, ਤੋ ਤਾਰੀਫ ਹੋਣੀ ਚਾਹੀਦੀ ਕਿ ਨਹੀਂ? ਹੋਸ਼ ਤੇ ਜੋਸ਼ ਹਰ ਚੀਜ਼ ਦਾ ਧਿਆਨ ਰੱਖਿਆ ਕਰੋ, ਦੇਖੋ ਕਿੱਡਾ ਵੱਡਾ ਚਮਤਕਾਰ ਆ, ਕਿਉਂਕਿ ਚਰਚ ਸ਼ੁਰੂ ਤੋਂ ਚਮਤਕਾਰਾਂ ਦੇ ਨਾਲ ਭਰਿਆ ਵਾ, ਕਿਉਂਕਿ ਜਿੱਥੇ ਪ੍ਰਭੂ ਦਾ ਵਚਨ ਆ, ਜਿੱਥੇ ਪਵਿੱਤਰ ਆਤਮਾ, ਉੱਥੇ ਕੀ ਹੈ? ਐਸਾ ਤੀ ਸਭ ਜ਼ੋਰ ਦੀ ਤਾਰੀਫ ਕਰੋ, ਜ਼ੋਰ ਦੀ ਤਾਰੀਫ ਕਰੋ, ਵੈਰੀ ਨਾਈਸ। ਹਾਂ ਠੀਕ ਹੈ, ਨੈਕਸਟ ਨੈਕਸਟ। ਪਿੰਡ ਮੰਗਲਾਨੀ ਕੋਟ, ਇਹਨਾਂ ਦੇ ਜੀਵਨ ਦੀ ਗਵਾਹੀ, ਛੋਟੀ ਬੱਚੀ ਦੀ, ਛੋਟੀ ਬੱਚੀ ਦਾ ਨਾਮ ਜੈਸਮੀਨ ਜੀ, ਜਿਸ ਤਰ੍ਹਾਂ ਜੋ ਸਾਰੇ ਬੱਚਿਆਂ ਦੇ ਪੇਪਰ ਸੀ, ਪੇਪਰਾਂ ਦੇ ਦੌਰਾਨ ਪਰਮੇਸ਼ਵਰ ਨੇ ਸਾਰੇ ਬੱਚਿਆਂ ਨੂੰ ਬਹੁਤ ਸਾਰੀ ਆਸ਼ੀਸ਼ ਦਿੱਤੀ, ਬੁੱਧ ਦਿੱਤੀ, ਸਮਝ ਦਿੱਤੀ, ਪੜ੍ਹਾਈ ਲਿਖਾਈ ਵਾਲਾ ਜੀਵਨ ਦਿੱਤਾ ਇਸ ਬੱਚੀ ਨੂੰ ਵੀ, ਪਰਮੇਸ਼ਵਰ ਨੇ ਬਹੁਤ ਸਾਰਾ ਬਲੈਸ ਕੀਤਾ ਪੜ੍ਹਾਈ ਦੇ ਨਾਲ, ਔਰ ਪਹਿਲੇ ਨੰਬਰ 'ਤੇ ਆਈ, ਫਸਟ ਡਿਵੀਜ਼ਨ ਆਈ। ਇਸ ਵੱਡੀ ਕਿਰਪਾ ਲਈ ਆਪਣੇ ਦਾਸਾਂ ਦਾ, ਆਪਣੇ ਪਰਮੇਸ਼ਵਰ ਦਾ ਦਿਲ ਤੋਂ ਥੈਂਕਸ ਕਰਦੇ ਹਾਂ। ਸਭ ਭੈਣ ਭਾਈ ਜੋ ਦਾ ਤਾਰੀਫ ਕਰਾਂਗੇ, ਆਮੀਨ। ਕਮਰਾ ਹੁੰਦਾ ਸੀ,
ਔਰ ਇੱਕ ਕਮਰੇ ਵਿੱਚ ਹੀ ਐਡਜਸਟ ਕਰਦੇ ਹੁੰਦੇ ਸੀ। ਜਦੋਂ ਵੀ ਕੋਈ ਗੈਸਟ ਆਉਣਾ ਤੇ ਅੰਦਰ ਜਾ ਕੇ ਰੋ ਲੈਣਾ ਕਈ ਵਾਰ ਵੀ ਹੁਣ ਮੇਰੇ ਗੈਸਟ ਵੀ ਆਏ ਆ ਤੇ ਰਾਤ ਨੂੰ ਮੰਜਾ ਕਿੱਥੇ ਡਾਉਣਾ। ਤੇ ਮੈਂ ਜਦੋਂ ਵੱਡੇ ਦਾਸ ਸਾਡੇ ਘਰ ਜਾਂਦੇ ਹੁੰਦੇ ਸੀ ਮੈਂ ਇਹੋ ਗੱਲ ਉਹਨਾਂ ਨੂੰ ਕਹਿੰਦੀ ਹੁੰਦੀ ਵੀ ਦਾਸ ਮੇਰਾ ਘਰ ਕਦੋਂ ਬਣੂਗਾ, ਕਦੋਂ ਮੇਰਾ ਘਰ ਬਣੂਗਾ। ਸੰਤਨ ਮੈਨੂੰ ਇਹੋ ਕਹਿੰਦੇ ਅੜੀ ਤੇ ਖੜੇ ਰਹਿ, ਪ੍ਰਭੂ ਕੰਮ ਕਰਨ ਜਾ ਰਿਹਾ। ਏਦਾਂ ਮੈਂ ਅੜੀ ਤੇ ਖੜੇ ਰਹੇ ਜਿੱਦਾਂ ਜਿੱਦਾਂ ਮੈਨੂੰ ਪ੍ਰਭੂ ਦੇ ਦਾਸ ਦੱਸਦੇ ਹੁੰਦੇ ਸੀ ਕਿ ਪ੍ਰਾਰਥਨਾ ਕਰਿਆ ਕਰ, ਵਚਨ ਪੜਿਆ ਕਰ, ਮੈਂ ਏਦਾਂ ਹੀ ਕਰਦੀ ਹੁੰਦੀ ਸੀ। ਔਰ ਪ੍ਰਭੂ ਨੇ 2023 ਦੇ ਵਿੱਚ ਮੈਨੂੰ ਘਰ ਨਾਲ ਬਲੈਸ ਕਰ ਦਿੱਤਾ। ਮੈਂ ਪ੍ਰਭੂ ਦਾ ਤੇ ਪ੍ਰਭੂ ਦੇ ਦਿਲ ਹਾਲੇਲੂਯਾ। ਤੁਸੀਂ ਕੀ ਬੋਲਿਆ ਕਿ ਪਰਮੇਸ਼ਵਰ ਦੇ ਜਿਹੜੇ ਦਾਸ ਸੀ, ਤੁਸੀਂ ਜਦੋਂ ਟੱਟਗੜ੍ਹ ਚਰਚ ਵਿੱਚ ਜਾਂਦੇ ਜੋ ਪਰਮੇਸ਼ਵਰ ਦੇ ਦਾਸ ਵੱਡੇ ਸੰਤਾਂ ਦੀ ਟੈਸਟੀਮਨੀ ਆ, ਉਹਨਾਂ ਦੇ ਦਾਸ ਤੁਹਾਨੂੰ ਕੀ ਸਿਖਾਉਂਦੇ ਸੀ, ਕੀ ਕਰਨਾ ਤੁਸੀਂ, ਤੁਹਾਡੇ ਕੋਲ ਘਰ ਨਹੀਂ ਸੀ, ਕੀ ਸਿਖਾਇਆ ਉਹਨਾਂ ਨੇ? ਸੰਤਿਆਂ ਨੂੰ ਇਹ ਕਹਿੰਦੇ ਹੁੰਦੇ ਸੀ ਦੁਆ ਪ੍ਰਾਰਥਨਾ ਕਰਿਆ ਕਰੋ, ਹਾਂ ਹਾਂ, ਤੇ ਵਿਸ਼ਾ ਰੱਖ ਕੇ ਪ੍ਰਾਰਥਨਾ ਕਰਿਆ ਕਰ। ਮੈਂ ਉਦਾਂ ਹੀ ਕਰਦੀ ਹੁੰਦੀ ਸੀ, ਲਗਾਤਾਰ 3 ਵਾਰੀ ਪ੍ਰਾਰਥਨਾ ਕਹਿੰਦੇ ਹੁੰਦੇ ਸੀ ਕਰਿਆ ਕਰ। ਮੈਂ ਇੱਦਾਂ ਕਰਦੀ ਹੁੰਦੀ ਸੀ ਔਰ ਮੈਂ ਘਰ ਮੰਗਦੀ ਹੁੰਦੀ ਸੀ। ਔਰ ਪ੍ਰਭੂ ਨੇ ਇੱਕ ਦਿਨ ਮੇਰੇ ਸਾਰੀਆਂ ਦੁਆ ਪ੍ਰਾਰਥਨਾ ਸੁਣ ਕੇ ਪ੍ਰਭੂ ਨੇ 2023 ਦੇ ਵਿੱਚ ਘਰ ਨਾਲ ਬਲੈਸ ਕਰ ਦਿੱਤਾ। ਮਨ ਦੀ ਆਸ ਪੂਰੀ ਹੋਈ? ਹਾਂਜੀ। ਕੱਲਾ ਘਰ ਨਹੀਂ, ਜੇ ਤੁਹਾਨੂੰ ਪ੍ਰਭੂ ਦੇ ਦਾਸ ਵਾਰਡ ਦਿੰਦੇ ਸੀ ਤੋ ਜਿਹੜੇ ਜਿਹੜੇ ਤੁਹਾਨੂੰ ਉਹਨਾਂ ਨੇ ਕਾਨੂੰਨ ਕਰ ਲਿਖੇ ਉਹ ਕਿਹੜੇ ਕਿਹੜੇ ਹੋਰ ਕਾਨੂੰਨ ਉਹ ਵੀ ਦੱਸੋ, ਹੋਰ ਕੀ ਕੀ ਕਰ ਲਿਖਿਆ ਸੀ ਉਹਨਾਂ ਨੇ ਤੁਹਾਨੂੰ? ਤਾਂ ਇਸ ਦੇ ਬਾਰੇ ਦੱਸਦਾ ਜੀ ਕਿ ਆਪਣਾ ਦਸਵੰਧ ਤੁਸੀਂ ਕੱਢਦੇ ਕਿ ਨਹੀਂ ਕੱਢਦੇ? ਹਾਂਜੀ ਕੱਢਦੇ ਹੁੰਦੇ ਸੀ। ਫਿਰ ਆਪਣੀ ਕਮਾਈ ਦਾ ਹਿੱਸਾ ਲੈ ਕੇ ਪਰਮੇਸ਼ਵਰ ਦੇ ਘਰ ਵਿੱਚ ਕੀ ਕਰਨਾ? ਕਿੰਨੇ ਲੋਕ ਸੁਣਦੇ ਇਸ ਗੱਲ ਨੂੰ? ਸਾਰੇ ਨਹੀਂ ਸੁਣਦੇ, ਇੱਥੇ ਹੱਥ ਖੜੇ ਕਰੋ ਸਾਰੇ, ਕਿਉਂਕਿ ਵੇਖੋ ਜਿਹੜਾ ਦਸਵੰਧ ਉਹ ਮੇਰੇ ਲਈ ਨਹੀਂ ਆ, ਉਹ ਤੁਸੀਂ ਦਿੰਦੇ ਖੁਦਾ ਦੇ ਕੰਮਾਂ ਦੇ ਵਾਸਤੇ, ਮੈਂਟਰਸ਼ਿਪ। ਜੱਜ ਵੱਲੋਂ ਭੈਣ ਨੇ ਵੇਖੋ ਆਪਣੇ ਦਾਸ ਦੀ ਗੱਲ ਨੂੰ ਫੋਲੋ ਕੀਤਾ ਬਾਈਬਲ ਦੇ ਦੁਆਰਾ, ਔਰ ਖੁਦਾ ਨੇ ਘਰ ਨਾਲ ਬਲੈਸ ਕੀਤਾ ਕਿ ਨਹੀਂ ਕੀਤਾ? ਸਿਸਟਰ ਘਰ ਮਿਲਿਆ? ਹਾਂਜੀ। ਫਿਰ ਉਸ ਤੋਂ ਬਾਅਦ ਹੋਰ ਕੀ ਕੀ ਮਿਲਿਆ? ਜਿੱਦਣ ਮੈਂ ਤੁਹਾਡੇ ਘਰ ਗਿਆ ਮੈਨੂੰ ਕੁਛ ਪਤਾ ਨੀ, ਮੈਨੂੰ ਪਵਿੱਤਰ ਆਤਮਾ ਨੇ ਦਿਖਾ ਲਿਆ ਕਿ ਜਿੱਦਾਂ ਵੱਡੇ ਸੰਤ ਆ ਤੇ ਉਹਨਾਂ ਦੇ ਗੱਲ ਚ 20-20 ਵਾਲਾ ਨੋਟ ਦਾ ਹਾਰ ਆ, ਤੇ ਮੈਂ ਇਹਨਾਂ ਨੂੰ ਬੋਲਿਆ ਮੈਨੂੰ ਪਰਮੇਸ਼ਵਰ ਦੇ ਦਾਸ ਦੇਖ ਰਹੇ ਹਾਰ ਆ। ਮੈਂ ਕਿਹਾ ਤੁਹਾਡੇ ਕੋਲ ਸੁੱਕਣਾ ਨੀ ਆ? ਇਹ ਕਹਿੰਦੇ ਨਹੀਂ ਨਹੀਂ ਕੋਈ ਸੁੱਕਣਾ ਨੀ। ਤੇ ਮੈਂ ਕਿਹਾ ਹਜ਼ਾਰ ਫਿਰ ਬੜੀ ਜਲਦੀ ਪੈਣ ਵਾਲੇ ਆ, ਖੁਦਾ ਕੁਛ ਕਰਨ ਵਾਲਾ। ਇਹਨਾਂ ਨੂੰ ਬਾਅਦ ਚ ਪਤਾ ਲੱਗਾ ਕਿ ਅਡੀ ਸੁੱਕਣਾ ਸੀ ਕਿ ਅਸੀਂ ਹਾਰ ਪਾਉਣੇ ਆ। ਹਾਂਜੀ, ਤੋ ਫਿਰ ਖੁਦਾ ਨੇ ਦਿਖਾਇਆ ਹਾਰ ਕਿ ਨਹੀਂ ਪੂਰਾ ਆਇਆ? ਹਾਂਜੀ ਹਾਂਜੀ। ਉਸ ਤੋਂ ਬਾਅਦ ਹਾਂ ਹਾਂ, ਅੱਜ ਮੈਂ ਸੰਤ ਵੱਡੇ ਸੰਤ ਨਹੀਂ ਹੈਗੇ ਪਰ ਛੋਟੇ ਸੰਤਾਂ ਨੂੰ ਉਹਨਾਂ ਦੇ ਸਰੂਪ ਤੇ ਹਾਰ ਪਾਉਣਾ ਚਾਹੁੰਦੀ। ਵੱਡੇ ਸੰਤ ਹੈਗੇ ਕਿ ਨਹੀਂ ਇੱਥੇ? ਹਾਂਜੀ। ਨਹੀਂ ਹੈਗੇ ਆ? ਕਿੱਥੇ ਆ? ਮੇਰੇ ਨਾਲ ਕਿੱਦਾਂ? ਪਰਮੇਸ਼ਵਰ ਦੇ ਦਾਸ ਬਾਈਬਲ ਚ ਲਿਖਿਆ ਸੌਂਦੇ ਮਰਦੇ ਨਹੀਂ ਆ। ਤਾਂ ਪਲੂਸ ਕੀ ਕਹਿੰਦਾ? ਆਂਦਾ ਪਰ ਸਰੀਰ ਦੁਆਰਾ ਅਲੱਗ ਹੋਣੇ ਪਰ ਆਤਮਾ ਦੁਆਰਾ ਕੀ ਹੈ? ਫਿਰ ਪਲੂਸ ਹੀ ਕਹਿੰਦਾ, ਫਿਰ ਜਕੂ ਵੀ ਕਹਿੰਦਾ, ਮੈਂ ਤੁਹਾਨੂੰ ਕਹਿੰਦਾ ਕਿ ਤੁਹਾਡੇ ਪਸੀਨੇ ਦੇ ਵਿੱਚ ਵੀ ਵਚਨ ਦੀ ਸਮੈਲ ਆਉਣੀ ਚਾਹੀਦੀ। ਕਿੰਨੇ ਲੋਕ ਸੁਣਦੇ ਆ? ਫਿਰ ਸ਼ੈਤਾਨ ਆਇਆ ਕਰਦਾ ਆ ਕਰਾਂਗਾ, ਹੈ ਤਾਂ ਦੇਖੋ ਹੈ, ਲੱਤਾਂ ਵੀ ਹਿਲਦੀ, ਸਾਰਾ ਕੁਝ ਹਿਲਦਾ। ਤੇ ਜਿਹਨੂੰ ਇਹ ਨਹੀਂ ਪਤਾ ਬਾਈਬਲ ਚ ਕੀ ਲਿਖਿਆ, ਮੈਂ ਤੁਹਾਨੂੰ ਬਾਰ ਬਾਰ ਕਹਿੰਦਾ, ਵੇਖੋ ਕੈਮਰਾ ਮਾਰ ਮੇਰੇ ਹੱਥ ਦਿਖਾ ਸਾਰੇ ਯੂਟਿਊਬ ਜਿਹੜੇ ਵੇਖਦੇ ਆ, ਵੀ ਪਾਸਟਰ ਵਿਚਾਰਾ ਹੱਥ ਜੋੜਦਾ ਵੀ ਬਾਈਬਲ ਪੜਿਆ ਕਰੋ ਤੇ ਹਰ ਗੱਲ ਤੁਹਾਡੀ ਵਚਨ ਚ ਹੋਣੀ ਕੀ ਹੈ? ਤੇ ਮੇਰੀ ਛਾਤੀ ਤੇ ਫਿਰ ਹੋਰ ਹੈ ਤਾਂ ਅਜੁਕ ਬੋਡੀ ਫਿਲਟਰ ਵਾਂਗੂ, ਤੇ ਜੇ ਤੁਸੀਂ ਕੁਝ ਨਹੀਂ ਕਰਦੇ ਫਿਰ ਤੇ ਆਈ ਆ ਪ੍ਰਭਾ ਕੁੱਬ ਨਿਕਲਿਆ ਵਿਚਾਰੇ ਦਇਆ ਕਰਕੇ। ਇਸ ਕਰਕੇ ਮੇਰੇ ਕਹਿਣ ਦਾ ਮਤਲਬ
ਤੁਹਾਡੀ ਹਰ ਆਸ਼ਿਸ਼ ਬਾਈਬਲ ਦੇ ਵਿੱਚੋਂ ਹੋਣੀ ਕੀ ਏ? ਫਿਰ ਬਿਸੀ ਵਾਲੇ ਆ ਪਾ ਤੁੱਧ ਨਾ ਬਾਬਾ ਆ ਭੰਗੜਾ ਪਾਉਣਾ ਕੀ ਭਜਨੀ ਮੈਂ ਤਾਂ ਭਜਨ ਦਾ ਵੀ ਚੇਤਾ ਭੁੱਲ ਗਿਆ। ਅੱਜ ਫਿਰ ਪਾਉਣਾ ਆਪਾਂ ਭੰਗੜਾ। ਕਿੰਨੇ ਲੋਕ ਤਿਆਰ ਪਾਉਣ ਵਾਸਤੇ? ਹੁਣੇ ਪਾਉਣਾ ਯਾਰ ਇੱਕ ਸੌਂਗ ਲਗਾਓ, ਜਦੋਂ ਹਾਰ ਪੈਣੇ ਨਾਲੇ ਕਰ ਪਾ ਕੇ ਫਿਰ ਨਾਲ ਹੀ ਪ੍ਰੀਚਿੰਗ ਆਪਾਂ ਸ਼ੁਰੂ ਕਰ ਦੇਣੀ। ਵਚਨ ਆਉਣਾ ਫਿਰ ਮਾਨ ਆਪਾਂ ਸਾਰੇ ਆਪਾਂ ਆਪਣੇ ਘਰਾਂ ਨੂੰ ਕੀ ਕਰ ਰਹੇ? ਛੇਤੀ ਕਰ ਦਿਓ ਪਾਸਟਰ ਜੀ, ਟਾਈਮ ਬੜਾ ਗਿਆ। ਹਾਂਜੀ ਨੈਕਸਟ ਨੈਕਸਟ, ਉਸ ਤੋਂ ਬਾਅਦ ਹਾਂ ਹਾਂ ਇੱਕ ਹੋਰ ਗਵਾਈ ਆ ਮੇਰੇ ਦੋਨੋਂ ਭਰਾਵਾਂ ਦੀਆਂ ਬੇਟੀਆਂ ਸੀ। ਹਾਂ ਇੱਕ ਦੀਆਂ ਤਿੰਨ ਬੇਟੀਆਂ, ਇੱਕ ਦੀਆਂ ਦੋ ਬੇਟੀਆਂ ਸੀ। ਓਏ ਸੌਂਗ ਕੱਢੋ ਇੱਕ ਜਲਦੀ। ਇੱਕ ਦੇ 15 ਸਾਲ ਹੋ ਗਏ ਵਿਆਹ ਨੂੰ, ਇੱਕ ਦੇ 10 ਸਾਲ ਹੋ ਚੁੱਕੇ ਆ, ਔਰ ਸਾਡੇ ਘਰ ਕੋਈ ਬੇਟਾ ਨਹੀਂ ਸੀ। ਜਦੋਂ ਵੀ ਸੰਤਾਂ ਕੋਲ ਪ੍ਰਾਰਥਨਾ ਕਰਾਉਣੀ ਨਹੀਂ ਸੀ, ਇਹ ਕਹਿੰਦੀ ਨੇ ਪ੍ਰਭੂ ਉਹਨਾਂ ਨੂੰ ਬੇਟਿਆਂ ਨੂੰ ਬਲੈਸ ਕਰੇ। ਤੇ ਜਦੋਂ ਪ੍ਰਭੂ ਨੇ ਇਹ ਟਾਈਮ ਦਿੱਤਾ ਤੇ ਉਹ ਮੈਨੂੰ ਵਹੁਟੀ ਨੇ ਸਾਡੇ ਦੱਸਿਆ ਕਿ ਦੀਦੀ ਮੇਰੇ ਤਾਂ ਟਾਈਮ ਆ, ਸੰਤਾਂ ਨੂੰ ਇੱਦਾਂ ਹੀ ਦੱਸਿਆ। ਮੈਂ ਕਿਹਾ ਸਿੱਧੀ ਛੋਟੀ ਮੋਟੀ ਟਾਈਮ ਆ ਤੇ ਪ੍ਰਾਰਥਨਾ ਕਰੋ ਪ੍ਰਭੂ ਆਈ ਤੀ ਇਹਨਾਂ ਨੂੰ ਬੇਟਿਆਂ ਨੇ ਬਲੈਸ ਕਰੇ ਔਰ ਸਾਡੀ ਆਸ ਵੀ ਪੂਰੀ ਕਰੇ। ਔਰ ਮੈਂ ਇੱਦਾਂ ਵਿਸ਼ਵਾਸ ਕਰਦੀ ਹੁੰਦੀ ਸੀ ਕਿ ਪ੍ਰਭੂ ਮੇਰੀ ਆਸ ਨੂੰ ਪੂਰਿਆ ਕਰੇ। ਕਈ ਵਾਰ ਮਨ ਵੀ ਡੋਲ ਜਾਂਦਾ ਸੀ ਵੀ ਪਤਾ ਨਹੀਂ ਆਸ ਪੂਰੀ ਹੋਵੇ ਵੀ ਨਹੀਂ, ਤੇ ਚੱਲ ਕੋਈ ਗੱਲ ਨਹੀਂ ਪ੍ਰਭੂ ਤੇ ਸਭ ਕੁਝ ਸੁੱਟਿਆ ਆਪਾਂ। ਤੇ ਅਸੀਂ ਪ੍ਰਭੂ ਕੋਲ ਇੱਕ ਬੇਟਾ ਮੰਗਦੇ ਸਾਂ ਔਰ ਪ੍ਰਭੂ ਨੇ ਸਾਨੂੰ ਦੋ ਬੇਟਿਆਂ ਨੇ ਬਲੈਸ ਕੀਤਾ। ਮੈਂ ਪ੍ਰਭੂ ਦੇ ਰੱਬ ਦੇ ਦਾਸਾਂ ਦਿਲ ਤੋਂ ਧੰਨਵਾਦ ਕਰੀ ਜਿਹਨੇ ਸਾਡੇ ਵਾਸਤੇ ਦੁਆਵਾਂ ਪ੍ਰਾਰਥਨਾ ਕਰਦੇ ਨੇ। ਹਾਲੇਲੂਇਆ। ਮੈਂ ਨਹੀਂ ਸੁਣੀ ਦਵਾਈ, ਮੈਂ ਜਰਾ ਉਧਰ ਬੱਚਿਆਂ ਦੇ ਨਾਲ। ਕਿੰਨੇ ਲੋਕਾਂ ਨੂੰ ਸੁਣਿਆ? ਇਹ ਭੈਣ ਬਾਰ ਬਾਰ ਕਹਿੰਦੀ ਕਿ ਉਹਨਾਂ ਦੀ ਪਹਿਲੋਂ ਕਿੰਨੀਆਂ ਪਹਿਲੇ ਕਿੰਨੀਆਂ ਬੇਟੀਆਂ? ਇੱਕ ਦੀਆਂ ਤਿੰਨ ਸੀ, ਇੱਕ ਦੀਆਂ ਦੋ। ਇੱਕ ਦੀਆਂ ਤਿੰਨ, ਇੱਕ ਦੀਆਂ ਦੋ ਬੇਟੀਆਂ, ਮਤਲਬ ਕਿ ਦੋਨੋਂ ਕੋਲ ਬੇਬੀ ਨਹੀਂ ਸੀ? ਨਹੀਂ। ਤੁਸੀਂ ਵਿਸ਼ਵਾਸ ਕੀਤਾ ਕਿ ਆਪਣੇ ਦਾਸਾਂ ਦੇ ਕੋਲੋਂ ਪ੍ਰੇਰ ਕਰਾਵਾਂਗੇ, ਖੁਦਾ ਕਰੇਗਾ। ਫਿਰ ਪ੍ਰਭੂ ਦੇ ਦਾਸ ਤੁਹਾਨੂੰ ਬਾਰ ਬਾਰ ਕੀ ਕਹਿੰਦੇ? ਸਾਡੇ ਇੱਦਾਂ ਕਹਿੰਦੇ ਹੁੰਦੇ ਸੀ ਵੀ ਵਚਨ ਪੜਿਆ ਕਰੋ, ਉਹਨਾਂ ਵਾਸਤੇ ਵਿਸ਼ਾ ਰੱਖ ਕੇ ਪ੍ਰਾਰਥਨਾ ਕਰਿਆ ਕਰੋ। ਮੈਂ ਇੱਦਾਂ ਹੀ ਕਰਦੀ ਰਹੀ ਔਰ ਸੰਤਾਂ ਨੇ ਕਿਹਾ ਵੀ ਆਪਣੀ ਭਰਜਾਈ ਨੂੰ ਵੀ ਇੱਦਾਂ ਹੀ ਕਿਹਾ ਕਰੇ। ਮੈਂ ਉਹਨੂੰ ਵੀ ਜਦੋਂ ਫੋਨ ਕਰਦੀ ਉਹ ਕਹਿੰਦੀ ਨਹੀਂ ਤੂੰ ਪ੍ਰਾਰਥਨਾ ਕਰਦੀ ਆ। ਦੇਖੋ ਦੇਖੋ ਦੇਖੋ, ਚਰਚ ਸਾਰੇ ਲੋਕ ਜਾਂਦੇ ਆ, ਪਰ ਜਿੰਨਾ ਚਿਰ ਸਾਨੂੰ ਪਲਾਨ ਦੇ ਸਮਝ ਨਹੀਂ ਨਾ, ਇਕੱਲੇ ਚਰਚ ਹੀ ਜਾਵਾਂਗੇ, ਕੰਮ ਕੋਈ ਵੀ ਨਹੀਂ। ਸਮਝ ਆਈ? ਆਹ ਗੱਡੀ ਮੰਨ ਲਓ ਤੁਹਾਡੇ ਲੱਗੀ, ਜੇ ਤੁਹਾਨੂੰ ਗੇਅਰ ਕਲੱਚ ਦਾ ਨਹੀਂ ਪਤਾ ਇਹਨੂੰ ਕਿੱਦਾਂ ਚਲਾਓਗੇ? ਹਾਂਜੀ, ਇਹ ਜਿਹੜਾ ਚਰਚ ਆ, ਸਭ ਤੋਂ ਪਹਿਲਾਂ ਮੈਂ ਕਹਿੰਦਾ ਕਿ ਮੈਂ ਉਹਨਾਂ ਦਾਸਾਂ ਦੇ ਕੋਲੋਂ ਸ਼ਿਕਸ਼ਾ ਲਈ ਆ ਜਿੱਥੇ ਅੱਜ ਲੱਖਾਂ ਦੀਆਂ ਭੀੜਾਂ ਵਾ, ਪਰ ਉਹ 'ਚ ਇੱਕ ਹੀ ਕਾਰਨ ਆ, ਜਿਹੜਾ ਬੰਦਾ ਵਰਕਆਊਟ ਕਰਦਾ ਨਾ ਉਹ ਗਵਾਈ ਦਾ ਹੱਕਦਾਰ ਆ। ਕਿੰਨੇ ਲੋਕ ਸੁਣਦੇ, ਜਿੰਨੇ ਅੱਖਾਂ ਸਜਾਈਆਂ ਰਾਤ ਜਾ ਕੇ, ਜਿੰਨਾ ਆਪਣਾ ਸਮਾਂ ਪ੍ਰਭੂ ਨਾਲ ਸਪੈਂਡ ਕੀਤਾ, ਕਈਆਂ ਨੇ ਟੀਵੀ ਨਾਲ ਸਪੈਂਡ ਕੀਤਾ ਹੋਣਾ ਵਾ, ਹਾਂਜੀ ਕਈਆਂ ਨੇ ਮੋਬਾਈਲ ਨਾਲ ਸਪੈਂਡ ਕਰਕੇ ਆਏ ਆ, ਤੇ ਜਦੋਂ ਦੀ ਤਿਆਰੀ 'ਚ ਨਹੀਂ ਮਗਰੋਂ ਇਹ ਖੁਦਾ ਕੀ ਕਰੇਗਾ? ਦੱਸੋ, ਡੈਨੀਅਲ ਤੇ ਜਦੋਂ ਮੁਸੀਬਤ ਆਈ, ਡੈਨੀਅਲ ਨੇ ਉਦੋਂ ਪ੍ਰੇਅਰ ਕੀਤੀ ਕਿ ਡੈਨੀਅਲ ਪਹਿਲੇ ਵੀ ਪ੍ਰੇਅਰ ਕਰਦਾ ਹੈ? ਬਸ ਫਿਰ ਅੱਜ ਵਾਲੇ ਵਿਸ਼ਵਾਸੀ ਨਹੀਂ ਬਣਨਾ, ਆਪਾਂ ਰੋਜ਼ ਪ੍ਰਭੂ ਦੀ ਹਜ਼ੂਰੀ। ਹੁਣ ਪਿਛਲੇ ਸੰਡੇ ਆਪਾਂ ਈਸਟਰ ਮਨਾ ਲਿਆ, ਸਾਡਾ ਅੱਜ ਵੀ ਈਸਟਰ, ਅਸੀਂ ਅੱਜ ਵੀ ਈਸਟਰ 'ਚ ਹਾਂ, ਸਾਡਾ ਅੱਜ ਵੀ ਗੁੱਡ ਫਰਾਈਡੇ ਆ, ਸਾਡਾ ਅੱਜ ਵੀ ਕ੍ਰਿਸਮਿਸ ਆ। ਤਿਆਰ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਸਾਲ ਪਿੱਛੋਂ ਜਾਂ ਛੇ ਮਹੀਨੇ ਬਾਅਦ ਆਉਣਾ। ਸਾਡਾ ਰੋਜ਼ ਈਸਟਰ ਆ, ਸਾਡਾ ਰੋਜ਼ ਹੀ ਗੁੱਡ ਫਰਾਈਡੇ ਆ, ਸਾਡਾ ਰੋਜ਼ ਹੀ ਸਾਰੇ ਤਿਆਰ ਆ। ਸਭ ਜ਼ੋਰ ਦੀ ਤਾਰੀਫ ਕਰੋ, ਕਿਉਂਕਿ ਰੋਜ਼ ਵਾਲੇ ਮਸੀਹ ਆ, ਕੋਈ ਸਾਲ ਵਾਲੇ ਨਹੀਂ, ਐਵਰੀ ਡੇ। ਔਰ ਜਦੋਂ ਦੇਖੋ ਇਹ ਭੈਣ ਰੋਜ਼ ਪ੍ਰੇਅਰ ਕਰਾਉਂਦੀ, ਇਹਨੇ ਇੱਕੋ ਗੱਲ ਬੋਲੀ ਕਿ ਆ ਵਰਡ ਦਿੱਤਾ ਇਹਨੇ, ਵਚਨ ਦਾ ਬੀਜ ਕੱਢ ਕੇ ਦਾਸਾਂ ਕੋ ਨੇ ਵਰਡ ਦਿੱਤੇ ਕਿ ਤੂੰ ਵਿਸ਼ਵਾਸ ਕਰ। ਉਸ ਤੋਂ ਬਾਅਦ ਜਿਹੜੀ ਬੇਬੀ ਦੀ ਇੱਕ ਪ੍ਰੋਬਲਮ ਆਈ ਹੋਸਪਿਟਲ 'ਚੋਂ, ਕੀ ਹੋਇਆ ਸੀ? ਬੱਚਾ ਆਪਣੀ ਮਾਂ ਦਾ ਦੁੱਧ ਪੀਣ ਦਿਆ ਸੀ, ਔਰ ਪੀਂਦੇ ਪੀਂਦੇ ਉਹ ਬੱਚੇ ਨੇ ਛਿੱਕ ਮਾਰੀ ਔਰ ਬੱਚਾ ਪਰ ਕੁਸਕਿਆ ਨਹੀਂ, ਹਿੱਲਿਆ ਜਿੱਲਿਆ ਨਹੀਂ, ਤੇ ਵੋਟੀ ਨੇ ਸਾਨੂੰ ਦੱਸਿਆ ਕਿ ਬੱਚਾ ਤੇ ਕੁਸਕਦਾ ਹੀ ਨਹੀਂ ਆ। ਤੇ ਮੇਰਾ ਭਰਾ ਉਹਨੂੰ ਅੰਦਰ ਲੈ ਕੇ ਉੱਪਰਲੀ ਮੰਜ਼ਿਲ ਤੇ ਚਲੇ ਗਿਆ, ਕਹਿੰਦਾ ਬੱਚਾ ਖਤਮ ਹੋ ਚੁੱਕਾ ਹੈ। ਇੱਕਦਮ ਬਹੁਤ ਡਰ ਗਏ ਵੀ ਹੈ ਪ੍ਰਭੂ, ਅਸੀਂ ਤੇ ਬੜੇ ਵਕਤਾਂ ਨੇ ਬੱਚੇ ਲਏ, ਸਾਡੇ ਤੋਂ ਮੰਗ ਮੰਗ ਕੇ ਬੱਚੇ ਲਏ। ਡਾਕਟਰ ਨੇ ਕੀ ਬੋਲਿਆ? ਡਾਕਟਰ ਜਦੋਂ ਉਹਨੇ ਮੇਰੇ ਭਰਾ ਨੇ ਉੱਪਰ ਖੜੇ, ਮੈਂ ਤਾਂ ਥੱਲੇ ਸੀ, ਮੈਂ ਤਾਂ ਉੱਪਰ ਗਈ ਨਹੀਂ। ਤੇ ਜਦੋਂ ਮੈਂ ਗਈ ਤੇ ਮੈਨੂੰ ਬਾਅਦ ਚ ਕਹਿੰਦੇ ਵੀ ਨਹੀਂ ਬੱਚਾ ਹੁਣ ਠੀਕ ਹੈ। ਉਹਨਾਂ ਸਾਰਿਆਂ ਨੇ ਆਪਣੇ ਸੰਤਾਂ ਨੂੰ ਪ੍ਰਾਰਥਨਾ ਕਹੀ, ਮੈਂ ਵੀ ਸੰਤਾਂ ਨੂੰ ਪ੍ਰਾਰਥਨਾ ਕਹੀ, ਸੰਤ ਵਿਜ਼ਿਟ ਤੇ ਗਏ ਸੀ। ਬਾਅਦ ਚ ਨੇ ਮੈਨੂੰ ਬੈਕ ਕਾਲ ਕੀਤੀ, ਮੈਂ ਕਿਹਾ ਸੰਤ ਜੀ ਇੱਦਾਂ ਬੱਚਾ ਹੋ ਗਿਆ।
ਤੇ ਬੱਚਾ ਜਾਂਦਾ ਸਰ, ਜਦੋਂ ਪ੍ਰਾਰਥਨਾ ਕਰੀਏ ਬੱਚਾ ਜਾਂਦਾ ਸਰ, ਬਿਲਕੁਲ ਸਹੀ ਸੀ ਔਰ ਹੁਣ ਵਧੀਆ ਆਪਣੀ ਮਾਂ ਦਾ ਦੁੱਧ ਪੀਂਦਾ। ਕਿੰਨੇ ਲੋਕਾਂ ਨੂੰ ਸਮਝ ਲੱਗੀ ਆ, ਜਦੋਂ ਬੱਚਾ ਦੁੱਧ ਪੀ ਰਿਹਾ ਇਕਦਮ ਬਲੱਡ ਉਹਦੇ ਨੱਕ ਚੋਂ ਨਿਕਲਿਆ ਤੇ ਡਾਕਟਰਾਂ ਕਿਹਾ ਵੀ ਬੱਚਾ ਕੀ ਹੋ ਗਿਆ, ਡੈਡ ਹੋ ਗਿਆ। ਤੇ ਇਹਨਾਂ ਨੇ ਵਿਸ਼ਵਾਸ ਨਾਲ ਪ੍ਰੇਅਰ ਕਰਵਾਈ, ਉਸ ਵੇਲੇ ਬੱਚਾ ਫੇਰ ਕੀ ਹੋ ਗਿਆ, ਠੀਕ ਹੋ ਗਿਆ। ਕਿੰਨੇ ਲੋਕ ਵਿਸ਼ਵਾਸ ਕਰਦੇ ਆ, ਆਪਾਂ ਕਈ ਕਰਵਾਈ ਕਮਾਈ ਖਰੀਦੀ ਨਹੀਂ ਹੈ, ਇਹ ਭੈਣ ਖੁਦ ਆਪਣੇ ਮੂੰਹ ਤੋਂ ਦੱਸੇਗੀ ਕਿਹੜੇ ਕਿਹੜੇ ਵੱਡੇ। ਦੇਖੋ ਮੇਰੀ ਗੱਲ ਸੁਣੋ, ਚਮਤਕਾਰ ਕਰਨ ਵਾਸਤੇ ਤੁਹਾਨੂੰ ਖੂਹ 'ਚ ਲਮਕਣ ਦੀ ਲੋੜ ਨਹੀਂ। ਕਿੰਨੀ ਵਾਰ ਦੱਸਦਾ, ਸਿਰਫ ਤੁਸੀਂ ਪ੍ਰਭੂ ਦੇ ਵਚਨ ਨੂੰ ਮੰਨਦੇ ਜਾਓ, ਪਵਿੱਤਰਤਾ 'ਚ ਰਹੋ, ਕੇਵਲ ਬੁਰਾ ਨਾ ਦੇਖੋ, ਗੰਦਾ ਰਿਲੇਸ਼ਨ ਨਾ ਰੱਖੋ, ਐਵਰੀ ਡੇ ਪ੍ਰਭੂ 'ਚ ਰਹੋ, ਤਾਂ ਤੁਸੀਂ ਹੁਕਮ ਕਰੋਗੇ ਉਸੇ ਵੇਲੇ ਕੰਮ ਹੁੰਦੇ ਕੀ ਹੈ ਐਦਾਂ, ਕਿਉਂਕਿ ਬਿਨਾਂ ਪਵਿੱਤਰਤਾ ਹੀ ਖੁਦਾ ਕੋਈ ਵੀ ਕੰਮ ਨਹੀਂ ਕਰਦਾ। ਫਿਰ ਗੱਲ ਉੱਥੇ ਆ ਜਾਂਦੀ ਆ ਕਿ ਦਾਨੀਅਲ ਪਵਿੱਤਰਤਾ 'ਚ ਦੇ ਵਿੱਚ ਸੀ, ਦਾਨੀਅਲ ਨੂੰ ਸ਼ੇਰਾਂ ਦੀ ਮਾਂ ਦੇ ਵਿੱਚ ਸੁੱਟਿਆ ਤਾਂ ਸ਼ੇਰਾਂ ਨੇ ਉਹਨੂੰ ਮੂੰਹ ਕੀਏ, ਕਾਰਨ ਉਹਨੇ ਉਦਣ ਪ੍ਰੇਅਰ ਨਹੀਂ ਕੀਤੀ, ਉਹ ਰੋਜ਼ ਹੀ ਪ੍ਰੇਅਰ 'ਚ ਕੀ ਕਰਦਾ ਸੀ। ਇਸ ਕਰਕੇ ਜਿਹੜੇ ਖੁਦਾ ਦੇ ਲੋਕ ਆ ਰੋਜ਼ ਹੀ, ਹੁਣ ਪਾਸਟਰ ਜੀ ਬੋਲਦੇ ਕਮਰੇ ਵਾਲੇ ਕਹਿੰਦੇ 'ਚ ਕਈ ਪ੍ਰਿਚ ਕਦੋਂ ਕਰਦੇ, ਜਦੋਂ ਰਾਤ ਨੂੰ ਸਵੇਰੇ ਪ੍ਰਚਾਰ ਹੀ ਕਰਨਾ, ਸਵੇਰੇ ਪ੍ਰਚਾਰ ਕਰਨਾ, ਉਹ ਪ੍ਰੀਚਿੰਗ ਨਹੀਂ ਆ, ਉਹ ਪ੍ਰੀਚਿੰਗ ਨਹੀਂ ਆ। ਤੁਹਾਨੂੰ ਰੋਜ਼ ਹੀ ਵਚਨਾਂ 'ਚ ਰਹਿਣਾ, ਰੋਜ਼ ਪ੍ਰੇਅਰ 'ਚ ਰਹਿਣਾ। ਚਲੋ ਮੈਂ ਨਾ ਬੈਠ ਕੇ ਨਹੀਂ ਕੀਤੀ ਜਾਂਦੀ, ਤੁਰ ਫਿਰ ਕੇ ਕਰੋ, ਸੌਂਗ ਗਾਓ, ਤੁਰ ਫਿਰ ਕੇ ਪੌੜੀਆਂ ਉਤਰੋ ਚੜੋ, ਤੁਰਦੇ ਫਿਰਦੇ ਪ੍ਰੇਅਰ ਕਰੋ, ਖਾਣਾ ਖਾ ਕੇ ਟਹਿਲ ਕੇ ਪ੍ਰੇਅਰ ਕਰੋ, ਕਰਦੇ ਕਿ ਨਹੀਂ। ਜਦੋਂ ਖਾਣਾ ਖਾ ਲਿਆ ਥੋੜ੍ਹਾ ਤੁਰੋ, 2 ਕਿਲੋਮੀਟਰ ਜਾਓ, ਕੰਨ ਵਿੱਚ ਬੂਰ ਪੜ੍ਹਦੇ ਜਾਓ, ਆਉਂਦੇ 'ਚ ਬੂਰ ਪੜੋ, ਘਰ ਬੈਠਦੇ ਚੜੋ, 7 ਤੇ ਚੜ੍ਹ ਕੇ ਪੜ੍ਹ ਲਓ, ਵੀ ਤੁਸੀਂ ਪ੍ਰੇਅਰ ਕਰੀ ਜਾਓਗੇ ਤਾਂ ਮੈਂ ਕਿਹਾ ਤੁਹਾਡੇ ਹਰ ਕੰਮ ਜਿਹੜੇ ਨਾਮੁਮਕਿਨ ਉਹ ਹੋਣਗੇ ਤੁਹਾਡੇ ਪਰਮੇਸ਼ਵਰ ਦੇ ਨਾਮ ਦੇ ਵਿੱਚ। ਅਤੇ ਜੇ ਤੁਸੀਂ ਕਹੋ ਬਸ ਪਾਸਟਰ ਹੀ ਪ੍ਰੇਅਰ ਕਰੇ, ਤਾਂ ਫਿਰ ਤੁਸੀਂ ਸੀਰੀਅਸ ਨਹੀਂ ਲੈਣ ਵਾ। ਉਸ ਤੋਂ ਬਾਅਦ ਸਿਸਟਰ, ਪ੍ਰਭੂ ਤਾਂ ਅਸੀਂ ਇੱਕ ਬੇਟਾ ਮੰਗਿਆ ਔਰ ਪ੍ਰਭੂ ਨੇ ਸਾਨੂੰ ਦੋਵੇਂ ਬੇਟਿਆਂ ਨੇ ਬਲੈਸ ਕੀਤਾ। ਤੁਸੀਂ ਦੋ ਹੀ ਮੰਗੇ ਸੀ ਪਹਿਲੇ ਵੀ? ਹਾਂਜੀ। ਤੁਸੀਂ ਮੈਨੂੰ ਵਾਰ ਵਾਰ ਕਹਿੰਦੇ ਸੀ ਵੀ ਜੁੜਵਾਂ ਬੱਚੇ ਆ, ਖੁਦਾ ਦੇ ਦਾਸ, ਪਤਾ ਨਹੀਂ ਕਿੰਨੀ ਵਾਰ ਮੈਂ ਕਿਹਾ ਭੈਣ ਤੂੰ ਮੈਨੂੰ ਬਹੁਤ ਵਾਰ ਕਹਿਤਾ, ਤਾਂ ਪਰਮੇਸ਼ਰ ਹਰ ਵਕਤ ਆਪਣੇ ਦਾਸਾਂ ਦੇ ਕੀ ਹੈ, ਪਰ ਮੈਂ ਜੇ ਗਵਾਹੀ ਨੂੰ ਪੂਰਨ ਸੰਪੂਰਨ ਨਹੀਂ ਕੀਤਾ, ਇਹ ਤੁਸੀਂ ਗਵਾਹੀ ਦਿੱਤੀ ਆ, ਅਜੇ ਤੁਹਾਡੀ ਪੂਰਾ ਪਰਿਵਾਰ ਫੈਮਿਲੀ ਇਸ ਜਗ੍ਹਾ ਤੇ ਆਣ ਕੇ ਗਵਾਹੀ ਦੇਗੀ, ਤਾਂ ਫਿਰ ਉਹ ਤੋਂ ਜ਼ਿਆਦਾ ਵੀ ਗਵਾਹੀ ਬੈਸਟ ਕੀ ਹੈ, ਤਾਰੀਫ ਕਰੋ ਜ਼ੋਰ ਦੀ, ਜ਼ੋਰ ਦੀ। ਕਿੰਨੇ ਲੋਕ ਵਿਸ਼ਵਾਸ ਕਰਦੇ ਪ੍ਰਭੂ ਦੇ, ਅਭਿਸ਼ੇਕ ਕਿੱਥੇ ਗਿਆ ਵਾ, ਹਾਂ ਹਾਂ ਜਲਦੀ ਕਰੋ, ਤਾਰੀਫ ਕਰੋ। ਉਸ ਤੋਂ ਬਾਅਦ, ਉਸ ਤੋਂ ਬਾਅਦ ਤੁਹਾਡੀ ਲਾਈਫ ਵਿੱਚ ਜੋ ਤੁਸੀਂ ਮੰਗਿਆ ਹੋਇਆ, ਕਿੰਨੇ ਲੋਕ ਵਿਸ਼ਵਾਸ ਕਰਦੇ, ਚਲੋ ਫਿਰ ਆਪਣੇ ਹੱਥ ਖੜੇ ਕਰੋ, ਜਿਹਨਾਂ ਕੋਲ ਬੱਚੇ ਨਹੀਂ ਉਹਨਾਂ ਨੂੰ ਦਿਓ, ਜਿਹਨਾਂ ਕੋਲ ਘਰ ਨਹੀਂ ਉਹਨਾਂ ਨੂੰ ਦਿਓ, ਤੁਹਾਡੇ ਕੋਲ ਪਾਵਰ ਹੈ ਨਾ, ਕਿੰਨੇ ਲੋਕਾਂ ਕੋਲ ਪਾਵਰ ਆ, ਲੂਕਾ 10:19 ਦਾ ਅਧਿਕਾਰ ਕਿੰਨੇ ਲੋਕਾਂ ਦੇ ਕੋਲ ਆ, ਚਲੋ ਜਿੰਨਾ ਕੁ ਹੈਗਾ, ਜਿਹਨਾਂ ਕੋਲ ਨਹੀਂ ਹੈਗਾ ਉਹਨਾਂ ਨੂੰ ਤੁਸੀਂ ਦਿਓ ਅਧਿਕਾਰ। ਉਹ ਮੇਰੇ ਜੀਜੋ, ਮੇਰੇ ਭਰਾਓ, ਭੈਣੋ, ਪ੍ਰਭੂ ਯਿਸੂ ਮੁਰਦਿਆਂ 'ਚੋਂ ਜ਼ਿੰਦਾ ਹੋ ਚੁੱਕਾ ਵਾ, ਤੁਹਾਨੂੰ ਅਧਿਕਾਰ ਦੇ ਕੇ ਜਾ ਚੁੱਕਾ ਵਾ, ਹੁਣ ਉਹਨੇ ਕੁਝ ਨਹੀਂ ਕਰਨਾ, ਹੁਣ ਸਾਰਾ ਕੁਝ ਕਿੰਨੇ ਕਰਨਾ, ਹਾਂਜੀ ਬੋਲਦੇ ਨੀ, ਸਾਨੂੰ ਨੀ ਪਤਾ ਕਿੰਨੇ ਕਰਨਾ, ਜੋ ਹੀ ਕਰਨਾ ਤੁਸੀਂ ਤੁਹਾਡੇ ਕੋਲ ਕੀ ਲੈਣ ਆਉਣੇ, ਪ੍ਰਭੂ ਕਹਿੰਦਾ ਇੱਥੇ ਸਿੱਖਣ ਆਉਣਾ ਤੇ ਘਰ ਜਾ ਕੇ ਕਰਨਾ। ਆਪਾਂ ਬੱਚੇ ਸਕੂਲੇ ਕਦ ਲਈ ਭੇਜਦੇ ਵੀ, ਹਾਂਜੀ ਪਿੱਛੋਂ ਨੀ ਆਵਾਜ਼ ਆ ਰਹੀ, ਕਾਹਦੇ ਲਈ, ਗਾਲਾਂ ਸਿੱਖਣ ਲਈ, ਚੋਰੀ ਸਿੱਖਣ ਲਈ, ਨੌ ਸੱਸ ਨਾਲ ਲੜਾਈ ਕਰ ਲਈ, ਐ ਤਾਂ ਨੀ ਸਿੱਖਦੇ। ਮੈਂ ਤੁਹਾਨੂੰ ਬਾਰ ਬਾਰ ਕਹੀ ਜਾਣਾ ਜੀਜੋ, ਪਰਮੇਸ਼ਵਰ ਨੇ ਤੁਹਾਨੂੰ ਅਧਿਕਾਰ ਕੀ ਕਰ ਦਿੱਤੇ, ਕਿੰਨਾ ਕੁ ਲੂਕਾ 10:19 ਦਾ ਅਧਿਕਾਰ ਹੈ, ਕੀ ਲਿਖਿਆ, ਮੈਂ ਤੁਹਾਨੂੰ ਸੱਪ ਤੇ ਵਿਸ਼ਵਾਂ ਨੂੰ ਲਤਾੜਨ ਦਾ ਕੀ ਦਿੱਤਾ, ਕਿੰਨੇ ਲੋਕਾਂ ਕੋਲ ਆ, ਅੱਜ ਮੰਜੀ ਚੁੱਕ ਦੇਣੀ ਆਣ ਕੇ ਰਾਤ ਨੂੰ ਨੇ, ਹੋਸ਼ ਨਾ ਹੱਥ ਖੜੇ ਕਰਿਓ, ਰਾਣਾ ਸ਼ਾਹ ਤੇਰੇ ਕੋਲ ਵੀ ਅਧਿਕਾਰ ਆ, ਚੱਲ ਆ ਯਾਰਾ ਬੂਆ ਪਾਰ ਕਰ ਦਾਦਾ, ਕਈ ਵਿਚਾਰਾ ਪਹਿਲਾਂ ਡਰ ਜਾ, ਪਰਮੇਸ਼ੁਰ ਦੇ ਕੋਲੋਂ ਡਰੋ, ਇਹਦੇ ਕੋਲ ਡਰਨ ਦੀ ਕੀ ਹੈ, ਤਾਰੀਫ ਕਰੋ, ਖੁਦਾ ਦੇ ਲੋਕ ਨਹੀਂ ਡਰਦੇ, ਹੋ ਗਿਆ ਯਾਰ ਜਲਦੀ ਕਰੋ, ਤਾਰੀਫ ਕਰੋ, ਤਾਰੀਫ ਕਰੋ।
ਚਲੋ 2 ਮਿੰਟ ਪ੍ਰੇਅਰ ਕਰੋ ਸੱਜਣ, ਸਭ ਪ੍ਰੇਅਰ ਚ ਜਾਓ ਸੱਜਣ, ਪ੍ਰੇਅਰ ਕਰੋ। ਪਰਮੇਸ਼ਵਰ ਧੰਨਵਾਦ ਕਰਦੇ, ਖੜੇ ਰਹੋ ਜੀ, ਔਰ ਜੋ ਵੀ ਲਾਉਣਾ ਜਲਦੀ ਲੈ ਕੇ ਆਓ। ਸੌਂਗ ਲੱਗੇਗਾ ਇੱਕ ਵਾਰ।